ਪ੍ਰਚਾਰਿਆ ਇਦਾਂ ਦਾ ਗਿਆ ਕਿ ਅਕਾਲੀ ਦਲ ਦੇ ਵਿੱਚ ਆਹ ਕੜੋਤਾ ਆ ਗਈਆਂ ਕਮੀਆਂ ਰਹਿ ਜਾਂਦੀਆਂ ਹੁੰਦੀਆਂ ਤੁਹਾਨੂੰ ਲੱਗਦਾ ਕੱਲਾ ਪ੍ਰਚਾਰ ਹੀ ਹੋਇਆ ਜਾਂ ਕੋਈ ਕਮੀਆਂ ਮੈਂ ਮੰਨਦਾ ਕਮੀਆਂ ਰਹਿ ਜਾਂਦੀਆਂ ਹੁੰਦੀਆਂ ਨੇ ਪਰ ਜਿਹੜੇ ਬੰਦੇ ਕੰਮ ਕਰਦੇ ਨੇ ਉਹ ਕਮੀਆਂ ਵੀ ਰਹਿ ਜਾਂਦੀਆਂ ਹੁੰਦੀਆਂ ਹੁਣ ਐਡੀ ਪਾਰਟੀ ਹੈ ਜੇ ਕੁਝ ਬੰਦੇ ਵਿੱਚ ਮੱਥ ਕੇ ਬੈਠੇ ਨੇ ਅੰਦਰ ਕੋਈ ਮੱਥ ਮੈਲ ਲੈ ਕੇ ਬੈਠੇ ਨੇ ਉਹਨੂੰ ਉਸ ਸਮੇਂ ਨਾਲ ਨਿਕੜਦੇ ਪਤਾ ਲੱਗਦਾ ਕਿ ਇਹਦੇ ਅੰਦਰ ਕੀ ਸੀਗਾ ਤੁਹਾਨੂੰ ਲੱਗਦਾ ਅਕਾਲੀ ਦਲ ਦੇ ਅੰਦਰ ਬੰਦੇ ਸੀ ਜਿਨ੍ਹਾਂ ਨੇ ਨੁਕਸਾਨ ਕਰਾਇਆ ਅੰਦਰ ਸ਼ਾਇਦ ਘੱਟ ਸੀ ਮੈਂ ਸਮਝਦਾ ਕਿ ਜਿਹੜੇ ਪੰਥਕ ਕੁਝ ਸੀ ਪੋਲਿਟਿਕਲ ਜਵਾਬ ਦਿਓ ਪੋਲਿਟਿਕਲ ਗੱਲ ਦਾ ਕਿ ਰੀਥਿੰਕ ਕੀਤਾ ਗਿਆਗਾ ਅਕਾਲੀ ਦਲ ਦੀ ਸਟ੍ਰੈਟਜੀ ਰੀਥਿੰਕ ਹੋ ਰਹੀ ਹੈ ਪਰਾਂ ਦੇ ਨਾਲ ਕਦੇ ਪਾਰਟੀਆਂ ਕਮਜ਼ੋਰ ਨਹੀਂ ਹੁੰਦੀਆਂ ਭਾਵੇਂ ਕਿ ਨਵਾਂ ਯੂਥ ਕਈ ਵਾਰੀ ਮਾਇੂਸ ਹੋ ਜਾਂਦਾ ਕਿਉਂਕਿ ਉਹਨਾਂ ਨੇ ਉਹ ਦੌਰ ਨਹੀਂ ਦੇ ਕਿ ਉਸੀ ਉਹ ਅਜੰਡਾ ਜਿਹੜਾ ਪੰਥਕ ਪਾਰਟੀ ਪੰਥ ਦਾ ਅਜੰਡਾ ਛੱਡ ਕੇ ਬਾਹਰੀ ਝੰਡਿਆਂ ਤੇ ਚੱਲ ਗਈ ਇਸੇ ਕਰਕੇ ਉਹਦਾ ਇੱਡਾ ਵੱਡਾ ਨੁਕਸਾਨ ਜਿਹੜਾ ਤੁਹਾਡਾ 2022 ਚ ਹੋਇਆ ਇਸ ਕਰਕੇ ਅਜੰਡਾ ਕਦੇ ਵੀ ਅਕਾਲੀ ਦਲ ਨੇ ਸ਼੍ਰੋਮਣੀ ਕਾਲ ਦੇ ਲੀਡਰਸ਼ਿਪ ਨੇ ਕਦੇ ਵੀ ਪੰਥਕ ਜੰਡਾ ਨਹੀਂ ਛੱਡਿਆ ਚਲੋ ਲੋਕ ਸਭ ਆਪਾਂ ਪੁੱਛੀਆ ਆ ਲੋਕ ਸਭਾ ਚੋਣਾਂ ਜੱਜੂ ਦੇ ਗੱਲੀਆਂ ਦੇ ਨਾਲ ਤੁਸੀਂ ਕਰ ਰਹੇ ਹੋ 100% ਜੱਜੂ ਮੈਂ 13 ਚ ਕਿੰਨੀਆਂ ਸੀਟਾਂ ਮੈਂ 26 ਪ੍ਰੋਗਰਾਮ ਕਰਤੀਆਂ 13 ਚ ਕਿੰਨੀਆਂ ਸੀਟਾਂ ਤੁਹਾਡੇ ਖਲਾਫ ਸਭ ਤੋਂ ਇਹਦਾ ਰਾਜਨੀਤੀ ਸਭ ਤੋਂ ਵੱਡਾ ਸਭ ਤੋਂ ਵੱਡਾ ਤੁਹਾਡੇ ਖਲਾਫ ਮੈਂ ਬੇਅਦਬ ਵੀ ਨਸ਼ੇ ਦੇ ਡੇਰਾ ਇਹ ਕਹਿੰਦੇ ਕਿ ਨੀਰ ਜੇ ਹੋਵੇ ਤਾਂ 4 ਹਫ਼ਤੇ ਵਿੱਚ ਬੰਦ ਹੋ ਜਾਦਾ ਪਰ ਇਹਦਾ ਮਤਲਬ ਪੌਣੇ 2 ਸਾਲ ਤੋਂ ਸਰਕਾਰ ਦੀ ਨੀਤ ਨਹੀਂ ਇਹ ਕਹਿੰਦੇ ਰੈਕਟਰੀ ਇੰਨੀ ਲੱਗਿਓ ਜਾਂ ਬਾਰਡਰ ਰੋਕ ਪਾਉਣ ਲਈ ਜਾਂ ਫਰਦਿਕ ਕਿ ਜਿਹੜੇ ਲੋਕ ਨਸ਼ੇ ਦੀ ਗੱਲ ਨੂੰ ਇੱਕ ਸਾਡੇ ਤੇ ਇਲਜ਼ਾਮ ਲਾ ਕੇ ਆਏ ਅੱਜ 10 ਗੁਣਾ ਵੱਧ ਨਸ਼ਾ 10 ਗੁਣਾ ਵੱਧ ਮੌਤਾਂ ਹੋ ਰਹੀਆਂ ਨੇ ਤੇ ਅੱਜ ਬੋਲੋ ਸਾਹਿਬ ਸ੍ਰੀ ਗੁਰੂ ਕ੍ਰਾਂਤ ਸਾਹਿਬ ਜੀ ਦੀ ਬੇਅਦਬੀ ਕੋਈ ਬਹੁ ਮਾੜੀ ਘਟਨਾ ਹੋਈ ਸਰਕਾਰ ਸ਼ੋਮਣੀ ਕਲ ਦੀ ਸਰਕਾਰ ਵੇਲੇ ਹੋਈ ਤਾਂ ਇਹ ਗੱਲ ਦਾ ਲੋਕਾਂ ਦੀ ਮਾੜੀ ਗੱਲ ਹੈ ਅੱਜ ਜਿਹੜੀਆਂ 1.5 ਸਾਲ ਦੇ ਵਿੱਚ ਇੰਨੀਆਂ ਘਟਨਾਵਾਂ ਹੋ ਗਈਆਂ ਇਹ ਮਾੜੀਆਂ ਘਟਨਾਵਾਂ ਅੱਜ ਸਰਕਾਰ ਤੱਕ ਵੀ ਟਵੀਟ ਵੀ ਨਹੀਂ ਹੁੰਦਾ ਕਿਤੇ ਖਬਰ ਵੀ ਨਹੀਂ ਆਉਂਦੀ ਤੁਹਾਡੇ ਤੋਂ ਪੁੱਛਦਾਗਾ ਕਿਉਂਕਿ ਤੁਸੀਂ ਉਸ ਜ਼ਮੀਨ ਤੋਂ ਆਏ ਹੋਏ ਹੋ ਤੁਹਾਡੇ ਕੋਲ ਕੋਈ ਇਹੋ ਜਿਹਾ ਪੰਜ ਏਜੰਡੇ ਹੈਗੇ ਆ ਕਿ ਅਕਾਲੀ ਦਲ ਦਾ ਰਿਵਾਈਵਲ ਹੋਵੇ ਕਿ ਨੌਜੋ ਉਹਨਾਂ ਨੂੰ ਬਾਰ-ਬਾਰ ਬੇਨਤੀ ਕਰ ਰਹੇ ਆ ਕਿ ਪੁਰੂ ਸਾਹਿਬ ਦੀ ਬਖਸ਼ੀ ਹੋਈ ਦਸਤਾਰ ਸਜਾਓ ਨੀਲੀਆਂ ਦਸਤਾਰਾਂ ਸਜਾਓ ਕਰੋ ਅਸੀਂ ਯੂਥ ਕਰ ਜਿਹੜੇ ਅਹੁਦੇਦਾਰ ਨੇ ਉਹਨਾਂ ਨੂੰ ਕਹਿ ਰਹੇ ਆ ਕਿ ਤੁਸੀਂ ਕੇਸਰੀ ਦਸਤਾਰਾਂ ਸਜਾਓ ਜੀ ਬਦਲ ਨੇ ਵੀ ਕਿਹਾ ਕਿ ਆਜੋ ਬਣਾਉਨੇ ਆ ਤੁਹਾਨੂੰ ਵੱਡੇ ਭਰਾ ਬਣਨ ਨੂੰ ਕਰਦੇ ਤੁਸੀਂ ਬਣਾਉਨੇ ਇੱਕ ਕਦੇ ਹੁਣ ਅਲਾਈਂਸ ਨਹੀਂ ਹੋ ਸਕਦਾ ਜੀ ਮਨ ਰਾਜਨੀਤੀ ਸੰਭਾਵਨਾਵਾਂ ਦੀ ਖੇਡ ਹੁੰਦੀ ਹੈ ਰਾਜਨੀਤੀ ਵਿੱਚ ਪਤਾ ਨਹੀਂ ਕੀ ਲੋੜ ਕਿਦੀ ਲੋੜ ਪੈ ਜੇ ਪੱਕਾ ਦੋਸਤ ਪੱਕਾ ਦੁਸ਼ਮਣ ਥੋੜੀ ਹੁੰਦਾ ਰਾਜਨੀਤੀ ਵਿੱਚ ਇਹ ਮੈਂ ਠੋਕ ਕੇ ਕਹਿੰਦਾ ਕਿ ਦਿੱਲੀ ਏਜੰਡਾ ਹਮੇਸ਼ਾ ਪੰਜਾਬ ਦੇ ਖਿਲਾਫ ਸਮਾਂ ਸਾਡੀ ਸਾਂਝ ਵੀ ਹੈ ਸਾਂਝ ਹਣੀ ਹੋਰ ਚੀਜ਼ ਹੁੰਦੀ ਹੈ ਲੰਬੇ ਪੈਣਾ ਕੇ ਸ਼ੁਰੂਮਣੀ ਕੰਦਰ ਕਦੇ ਦਿੱਲੀ ਅੱਗੇ ਲੰਬਾ ਨਹੀਂ ਪਿਆ ਜਦੋਂ ਵਾਰੀ ਆਈ ਤਾਂ ਤਖਤਾਂ ਤਾਂ ਜਨੂ ਬੁੱਕਰਾ ਵੀ ਮਾਰ ਦਿੱਤੀ ਅਗਰ ਕੋਈ ਗੱਲ ਠੀਕ ਆ ਜੀ ਹਾਰ ਕੇ ਉਹਦੇ ਬਾਅਦ ਕੋਈ ਗੱਲ ਨਹੀਂ ਸਮੇਂ ਨਾਲ ਸਾਰੀ ਗੱਲ ਸਾਹਮਣੇ ਆ ਜਾਈਦੀ ਹੈ ਤਖਤਾਂ ਨੂੰ ਇਹਨਾਂ ਮੰਤਰੀਪਾਧੀਆਂ ਸੀਟਾਂ ਨੂੰ ਸਮਝੌਤਿਆਂ ਨੂੰ ਉਹ ਤਾਂ ਹੀ ਤੋੜਿਆ ਜਦੋਂ ਪੰਜਾਬ ਤੇ ਫਤਨਾ ਕਰਦੀ ਆ। ਆਕਾਲੀ ਦਲ ਦਾ ਜਿਹੜਾ ਜਦੋਂ ਆਕਾਲੀ ਦਲ ਬਣਦਾ ਜਾਂ ਆਕਾਲੀ ਦਲ ਦਾ ਸੰਵਧਾਨ ਹਨਾ ਉਹਦੇ ਚ ਬੇਸਿਕ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ ਜ਼ਗੀਰਦਾਰਾਂ ਦੇ ਖਿਲਾਫ ਤੇ ਕਿਸਾਨਾਂ, ਮਜ਼ਦੂਰਾਂ, ਗਰੀਬਾਂ ਦੀ ਸਭ ਤੋਂ ਗਰੀਬ ਜਿਹੜੇ ਗਰੀਬਾਂ ਚੋਂ ਵੀ ਸਭ ਤੋਂ ਗਰੀਬ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਹਿਕੀਨ ਗਰੀਬ ਸਿੱਖ ਨੂੰ ਦੂ ਪਾਤਸ਼ਾਹ। ਉਹ ਵੀ ਉਹ ਆਕਾਲੀ ਦਲ ਦੀ ਰੀੜ ਦੀ ਹੱਡੀ ਰਹੇ। ਦਰਾਂ ਨੇ ਕੀ ਕੀ ਕੀਤਾ ਉਹਨੇ ਉਨੇ ਮਤਲਬ ਇੱਕ ਮੈਂ ਕਹਿੰਦਾ ਪੀੜੀ ਮਾਰਦੀ ਇੱਕ ਗੋਲੀਆਂ ਮਾਰ ਮਾਰ ਕੇ ਕਾਂਗਰਸ ਨੇ 92 ਤੱਕ ਕਿਹੜੇ ਹਾਲਾਤ ਨੇ ਆ ਕੇਸਰੀ ਦਸਤਾਰ ਸਿਰ ਤੇ ਸਜਾਈ ਹੋਈ ਆ 90 ਦਾ ਦੌਰ ਉਹ ਸੀ ਮੈਂ ਤਾਂ ਮੈਂ ਤਾਂ ਛੋਟਾ ਸੀ 90 ਦਾ ਦੌਰ ਉਹ ਸੀ ਨੌਜਵਾਨ ਸਿਰਾਂ ਤੇ ਸੁਣਦੇ ਬਜ਼ੁਰਗਾਂ ਤੋਂ ਕੇਸਰੀ ਦਸਤਾਰਾਂ ਸਜਾ ਕੇ ਨਹੀਂ ਜਾਂਦੇ ਸੀ ਘਰ ਤੋਂ ਬਾਹਰ ਕਹਿੰਦੇ ਝੂਠੇ ਮੁਕਾਬਲੇ ਕਰਦੇ ਉਹ ਹਮੇਸ਼ਾ ਇੱਕੋ ਗੱਲ ਕਹਿੰਦੇ ਕਿ ਪੰਥ ਤੇ ਪੰਜਾਬ ਦੀ ਪੰਜਾਬੀ ਦੀ ਲੜਾਈ ਲੜਨੀ ਆ ਕਾਕਾ ਤਕੜਾ ਹੋ ਕੇ ਲੜਨੀ ਆ ਪਾਰਟੀ ਦੇ ਤੁਹਾਨੂੰ ਪੂਰੀ ਸਪੋਰਟ ਆ ਪਿੰਡ ਪਿੰਡ ਜਾਓ ਸ਼ਹਿਰ ਸ਼ਹਿਰ ਜਾਓ ਇਹ ਲੜਾਈ ਤਕੜੇ ਹੋ ਕੇ ਲੜੋ پرو ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾ ਯਾਦਵਿੰਦਰ ਸਿੰਘ ਰਾਜਨੀਤੀ ਤਜਰਬਿਆਂ ਦਾ ਦੂਜਾ ਨਾਂ ਜੇ ਰਾਜਨੀਤੀ ਚਤ ਤਜਰਬੇ ਨਾ ਹੋਣ ਤਾਂ ਖੜੋਤ ਆ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਰੇ ਕਿਹਾ ਜਾ ਰਿਹਾ ਸੀ ਕਿ ਪਿਛਲੇ ਦੌਰ ਚ ਅਕਾਲੀ ਦਲ ਚ ਇੱਕ ਵੱਡੀ ਖੜੋਤ ਆਈ ਹੈ ਇਸੇ ਖੜੋਤ ਨੂੰ ਤੋੜਨ ਲਈ ਤਜਰਬੇ ਹੋ ਰਹੇ ਨੇ ਯੂਥ ਅਕਾਲੀ ਦਲ ਦਾ ਪ੍ਰਧਾਨ ਇੱਕ ਬਿਲਕੁਲ ਆਮ ਘਰੋਂ ਨੌਜਵਾਨ ਨੂੰ ਬਣਾਇਆ ਗਿਆ ਤੇ ਨਾਲ ਦੀ ਨਾਲ ਹੀ ਇਸਤਰੀ ਕਾਲੀ ਦਲ ਦੀ ਪ੍ਰਧਾਨ ਵੀ ਉਹਨੂੰ ਬਣਾਇਆ ਗਿਆ ਜਿਹੜੇ ਸੰਘਰਸ਼ ਦੀ ਰਾਜਨੀਤੀ ਚੋਂ ਨਿਕਲ ਕੇ ਆਇਆ ਕਿਉਂਕਿ ਅਕਾਲੀ ਦਲ ਸੰਘਰਸ਼ ਦੀ ਪਾਰਟੀ ਰਹੀ ਹੈ ਕਾਕਿਆਂ ਦੀ ਪਾਰਟੀ ਨਹੀਂ ਰਹੀ ਅਕਾਲੀ ਦਲ ਜਦੋਂ ਲੜਾਈ ਲੜ ਰਿਆ ਸੀ ਨਨਕਾਣਾ ਸਾਹਿਬ ਦੀ ਤਾਂ ਗਾਂਧੀ ਨੇ ਨਨਕਾਣਾ ਸਾਹਿਬ ਆ ਕੇ ਕਿਹਾ ਸੀ ਆਜ਼ਾਦੀ ਦੀ ਪਹਿਲੀ ਲੜਾਈ ਅਕਾਲੀਆਂ ਨੇ ਸ਼ੁਰੂ ਕੀਤੀ ਹੈ ਅਕਾਲੀ ਦਲ ਦਾ ਇਤਿਹਾਸ ਬਹੁਤ ਸ਼ਾਨਦਾਰ ਹੈ ਪੰਜਾਬ ਦੀਆਂ ਸਭ ਤੋਂ ਸ਼ਾਨਦਾਰ ਕਹਾਣੀਆਂ ਅਕਾਲੀ ਦਲ ਨੇ ਲਿਖੀਆਂ ਤੇ ਨਾਲ ਦੀ ਨਾਲ ਦੂਜੇ ਪਾਸੇ ਕਾਂਗਰਸੀ ਤੇ ਕਾਂਗਰਸ ਬਾਰੇ ਕਿਹਾ ਜਾਂਦਾ ਸੀ ਇਹ ਤਾਂ ਜ਼ਗੀਰਦਾਰਾਂ ਦੀ ਪਾਰਟੀ ਆਮ ਲੋਕ ਹਮੇਸ਼ਾ ਅਕਾਲੀ ਦਲ ਨਾਲ ਜੁੜਦੇ ਸੀ ਪਰ ਸਿੱਖ ਰਾਜਨੀਤੀ ਦੇ ਇੱਕੋ ਦੌਰ ਵੀ ਆਇਆ ਜਿਹਦੇ ਚ ਪੋਲੀਟੀਕਲ ਵਾਇਲੈਂਸ ਬਹੁਤ ਸੈਲੀਬ੍ਰੇਟ ਕੀਤਾ ਗਿਆ ਪਰ ਅਕਾਲੀ ਦਲ ਦਾ ਇੱਕ ਸ਼ਾਨਾਮੱਤੀ ਇਤਿਹਾਸ ਹੈ ਜੋ ਜੱਤੋਂ ਦਾ ਮੋਰਚਾ ਨਨਕਾਣਾ ਸਾਹਿਬ ਦਾ ਜਿਹਦੇ ਚੋਂ ਨੇ ਸ਼ਾਂਤਮਈ ਲੜਾਈਆਂ ਲੜ ਕੇ ਪੰਜਾਬ ਨੂੰ ਵੱਡੀਆਂ ਜਿੱਤਾਂ ਹਾਸਲ ਕਰਾਈਆਂ ਇਹ ਗੱਲਾਂ ਸੀ ਕਿਉਂ ਕਰ ਰਹੇ ਆ ਕਿਉਂਕਿ ਸਾਡੇ ਨਾਲ ਅੱਜ ਉਸੇ ਸੰਘਰਸ਼ ਦੀ ਰਾਜਨੀਤੀ ਚੋਂ ਇੱਕ ਥਾਂ ਤੇ ਬੈਠਾ ਸ਼ਖਸ਼ਾ ਜਿਹੜਾ ਸੰਘਰਸ਼ ਚੋਂ ਆਇਆ ਜਿਹੜਾ ਆਮਕਰੋਂ ਵੀ ਆ ਜਿਹੜਾ ਉਸ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦਾ ਜਿਹੜਾ ਕਾਕਿਆਂ ਦਾ ਅਕਾਲੀ ਦਲ ਨਹੀਂ ਆ ਅਸੀਂ ਜ਼ਿਕਰ ਕਰ ਰਹੇ ਹਾਂ ਸਰਬਜੀਤ ਸਿੰਘ ਚੰਜਰ ਦਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਚ ਯੂਥ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਸਵਾਗਤ ਕਰਦੇ ਹਾਂ ਉਹਨਾਂ ਦਾ ਸਵਾਗਤ ਹੈ ਬਾਈ ਜੀ ਬਹੁਤ-ਬਹੁਤ ਤੁਹਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਸ਼ੁਰੂ ਕਰਦੇ ਹਾਂ ਠੀਕ ਹੈ ਮੈਂ ਗੱਲਾਂ ਤੁਸੀਂ ਤੇ ਸੰਘਰਸ਼ ਦੇ ਲੋਕ ਰਹੇ ਹੋ ਪਾਰਟੀ ਹੈ ਜਿਹੜੀ ਉਹ ਸੰਘਰਸ਼ ਦੀ ਪਾਰਟੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਪਿਛਲੇ ਸਮੇਂ ਦੇ ਅੰਦਰ ਬਹੁਤ ਸਾਰੇ ਸਵਾਲ ਉੱਠੇ ਵਿਦਨ ਪਾਰਟੀ ਵੀ ਚੱਲਦੇ ਹੋਣਗੇ ਆਊਟ ਆਫ ਪਾਰਟੀ ਵੀ ਚੱਲਦੇ ਹੋਣਗੇ ਜਿਵੇਂ ਪੁੱਛਾਂ ਕਿ ਕਿ ਦੋ ਚਿਹਰੇ ਉਹ ਲਿਆਂਦੇ ਗਏ ਨੇ ਇੱਕ ਤੁਸੀਂ ਬਿਲਕੁਲੀ ਤੁਹਾਡੇ ਬਾਰੇ ਪਤਾ ਸਾਨੂੰ ਕਿ ਤੁਸੀਂ ਬਹੁਤ ਆਮ ਘਰ ਚੋਂ ਬਹੁਤ ਆਮ ਪਰਿਵਾਰ ਚੋਂ ਤੁਸੀਂ ਆਏ ਹੋ ਦੂਜੇ ਪਾਸੇ ਅਸੀਂ ਦੇਖ ਰਹੇ ਹਾਂ ਇਸ ਤਰੀ ਕਾਲੀ ਦਲ ਦੀ ਪ੍ਰਧਾਨ ਉਹਨੂੰ ਬਣਾਇਆ ਗਿਆ ਜਿਨ੍ਹਾਂ ਨੇ ਸੰਘਰਸ਼ ਦੀਆਂ ਲੜਾਈਆਂ ਲੜੀਆਂ ਅੰਗਨਵਾੜੀ ਦੀਆਂ ਲੜਾਈਆਂ ਲੜੀਆਂ ਕੀ ਇਹ ਪੋਲਿਟੀਕਲ ਕਰੈਕਟ ਹੋਣ ਲਈ ਕੀਤਾ ਜਾ ਰਿਹਾ ਕੀ ਇਹ ਕੋਰਸ ਕਰੈਕਸ਼ਨ ਹੈਗੀ ਇਹ ਦੇਖੋ ਤੁਸੀਂ ਜਿੱਦਾਂ ਕਿਹਾ ਕਿ ਸ਼੍ਰੋਮਣੀ ਕਾਲੇ ਦਲ ਇੱਕ ਸੰਘਰਸ਼ ਦੀ ਪਾਰਟੀ ਆ ਸ਼੍ਰੋਮਣੀ ਕਾਲੇ ਦਲ ਦਾ ਮਤਲਬ ਹੀ ਸੰਘਰਸ਼ ਆ ਕੁਝ ਜਦੋਂ ਸ਼੍ਰੋਮਣੀ ਕਾਲ ਦਲ ਦੀ ਪਾਰਟੀ ਬਣੀ ਹੈ ਅਕਾਲ ਤਖਸਬ ਦੀ ਤਾਬਿਆਂ ਬੈਠ ਕੇ ਬਣਾਈ ਹੋਈ ਪਾਰਟੀ ਆ ਤੋ ਆਪਾਂ ਮਤਲਬ ਇਹਦਾ ਸਮਝ ਸਕਦੇ ਆ ਕਿ ਕੀ ਮਤਲਬ ਆ ਸੰਘਰਸ਼ ਲੜਨਾ ਪੰਥ ਲਈ ਪੰਜਾਬ ਲਈ ਪੰਜਾਬੀਤ ਲਈ ਅਕਾਲੀ ਦਲ ਦਾ ਮੂਲ ਸਿਧਾਂਤਤ ਹੈਗਾ ਜਿਹਦੇ ਲਈ ਅਕਾਲੀ ਦਲ ਲੜਦਾ ਵੀ ਆ ਪਰ ਜਿਵੇਂ ਪਿਛਲੇ ਸਮੇਂ ਦੇ ਵਿੱਚ ਕੁਝ ਹਾਰਾਂ ਹੋਈਆਂ ਹਾਰਾਂ ਹੋਣ ਦੇ ਨਾਲ ਇੱਕ ਪ੍ਰਚਾਰਿਆ ਗਿਆ ਕਿ ਸ਼੍ਰੋਮਣੀ ਕਾਲ ਦਲ ਕਮਜ਼ੋਰ ਹੋ ਗਿਆ ਸੋ ਮੈਂ ਇਹਦੇ ਉਲਟ ਸੋਚਦਾ ਸ਼੍ਰੋਮਣੀ ਕਾਲ ਦਲ ਕਦੇ ਵੀ ਕਮਜ਼ੋਰ ਨਹੀਂ ਹੋਇਆ ਕਦੇ ਵੀ ਨਾ ਹੀ ਸ਼੍ਰੋਮਣੀ ਕਾਲ ਦਲ ਕਦੇ ਕਮਜ਼ੋਰ ਹੋਇਆ ਨਹੀਂ ਹੈ ਤੇ ਨਹੀਂ ਕਦੇ ਹੋ ਸਕਦਾ ਕਿਉਂਕਿ ਇਹਦੇ ਵਿੱਚ ਬਹੁਤ ਹੀ ਜਿਹੜੀ ਸੰਘਰਸ਼ ਜਿਹੜਾ ਖੂਨ ਆ ਡੁੱਲਿਆ ਹੋਇਆ ਬਹੁਤ ਇਤਿਹਾਸ ਤੁਸੀਂ ਆਪ ਹੀ ਸਾਰਾ ਕੁਝ ਪਹਿਲਾਂ ਭੁੱਲਿਆ ਕਿ ਇਤਿਹਾਸ ਬੋਲਦਾ ਸੋ ਇਤਿਹਾਸ ਨੂੰ ਲੋੜ ਹੈ ਅੱਗੇ ਲੈ ਕੇ ਜਾਣ ਦੀ ਕਿਉਂਕਿ ਹਾਰਾਂ ਦੇ ਨਾਲ ਕਦੇ ਪਾਰਟੀਆਂ ਕਮਜ਼ੋਰ ਨਹੀਂ ਹੁੰਦੀਆਂ ਭਾਵੇਂ ਕਿ ਨਵਾਂ ਯੂਥ ਕਈ ਵਾਰੀ ਮਾਇੂਸ ਹੋ ਜਾਂਦਾ ਕਿਉਂਕਿ ਉਹਨਾਂ ਨੇ ਉਹ ਦੌਰ ਨਹੀਂ ਦੇਖਿਆ ਜੇ ਮੈਂ ਆਪਣੀ ਗੱਲ ਵੀ ਕਰਾਂ ਅਸੀਂ ਜਦੋਂ 2006 ਦੇ ਵਿੱਚ ਪਾਰਟੀ 'ਚ ਜੁੜੇ ਹਾਂ ਤਾਂ 7 ਦੇ ਸਰਕਾਰ ਆ ਗਈ। ਸੋ ਅਸੀਂ ਤਾਂ ਹਰਾ ਹਰਾ ਹੀ ਦੇਖਿਆ ਕਿ 2007 ਤੋਂ ਬਾਅਦ 17 ਤੱਕ ਸਰਕਾਰ ਚ ਹੀ ਰਹੇ। ਅਸਲ ਮੈਂ ਸਮਝਦਾ ਕਿ ਹਾਰਨ ਤੋਂ ਬਾਅਦ ਜੋ ਅਸੀਂ ਸਿੱਖਿਆ ਜੋ ਅਸੀਂ ਸਮਝਿਆ ਕਿ ਅਸਲ ਕੰਮ ਕੀ ਆ ਉਹਦੇ ਵੱਲ ਹੁਣ ਸ਼੍ਰੋਮਣੀ ਕਾਲਰ ਤੁਰਿਆ ਹੋਇਆ। ਜੇ ਮੈਂ ਪੁੱਛਾਂ ਪੋਲਿਟੀਕਲ ਜਵਾਬ ਦੇ ਪੋਲਿਟੀਕਲ ਗੱਲ ਦਾ ਕਿ ਰੀਥਿੰਕ ਕੀਤਾ ਗਿਆਗਾ ਅਕਾਲੀ ਦਲ ਦੀ ਸਟ੍ਰੈਟਜੀ ਰੀਥਿੰਕ ਹੋ ਰਹੀ ਹੈਗੀ। ਇਹ ਸਟ੍ਰੈਟਜੀ ਪਹਿਲਾਂ ਵੀ ਕੱਲ ਦਿਲ ਦੀ ਚੱਲਦੀ ਸੀ ਪਰ ਹਾਰਾਂ ਦੇ ਨਾਲ ਕਈ ਵਾਰੀ ਤਵਾ ਜ਼ਿਆਦਾ ਲੱਗ ਜਾਂਦਾ ਜੇ ਆਪਾਂ ਦੇਸੀ ਗੱਲ ਕਰੀਏ ਨਾ ਕਿ ਕਿਸੇ ਗੱਲ ਨੂੰ ਉਭਾਰਿਆ ਜ਼ਿਆਦਾ ਜਾਂਦਾ ਐਦਾਂ ਦੀ ਗੱਲ ਨਹੀਂ ਪਹਿਲਾਂ ਵੀ ਬਹੁਤ ਤੁਹਾਡਾ ਕਿਸੇ ਸੀਟ ਤੇ ਆ ਜਾਣਾ ਦਾ ਮਤਲਬ ਕੀ ਹੈਗਾ ਅਕਾਲੀ ਦਲ ਦੇ ਵਿੱਚ ਪਹਿਲਾਂ ਵੀ ਆਏ ਇਸ ਤਰ੍ਹਾਂ ਦੀ ਸੀਟ ਤੇ ਪਿਛਲੇ ਦੌਰ ਦੇ ਅੰਦਰ ਤੁਸੀਂ ਵੀ ਆਏ ਹੋ ਮੈਂ ਤਾਂ ਤੁਹਾਨੂੰ ਹੀ ਦੇਖ ਰਿਹਾਗਾ ਕਿ ਇਸ ਤਰ੍ਹਾਂ ਦੀ ਪਾਵਰਫੁੱਲ ਸੀਟ ਤੇ ਤੁਹਾਨੂੰ ਬਿਠਾ ਦੇਣਾ ਤਾਂ ਸਟ੍ਰੈਟਜੀ ਕਿਤੇ ਰੀਥਿੰਕ ਵੀ ਹੁੰਦੀ ਹੈ ਨਾ ਕਿ ਯਾਰ ਜਿੱਥੋਂ ਅਸੀਂ ਨਿਕਲੇ ਆ ਜਿੱਥੇ ਸਾਡੀ ਤੰਦ ਜੁੜਦੀ ਹੈ ਜਿੱਥੇ ਸਾਡੇ ਕਨੈਕਸ਼ਨ ਨੇ ਉਹਨੂੰ ਆਪਾਂ ਰਿਵਾਈਵ ਕਰੀਏ ਧੰਨਵਾਦ ਕਰਦਾ ਕਿ ਵਾਹਿਗੁਰੂ ਨੇ ਕਿਰਪਾ ਕੀਤੀ ਸ਼੍ਰੋਮਣੀ ਕਾਲ ਦੇ ਪ੍ਰਧਾਨ ਸਰਦਾਰ ਚਕਬੀਰ ਸਿੰਘ ਬਾਦਲ ਜੀ ਸਮੁੱਚੀ ਕੋਰ ਕਮੇਟੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਵਰਗੇ ਇੱਕ ਸਧਾਰਨ ਕਿਸਾਨ ਦੇ ਪੁੱਤ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਇਹ ਜ਼ਿੰਮੇਵਾਰੀ ਕੋਈ ਸਰਕਾਰਾਂ ਬਣਾਉਣ ਲਈ ਨਹੀਂ ਇਹ ਜ਼ਿੰਮੇਵਾਰੀ ਪੰਥ ਪੰਜਾਬ ਦੇ ਪੰਜਾਬੀ ਦੀ ਲੜਾਈ ਲੜਨ ਲਈ ਮੇਨ ਜਿਹੜਾ ਸਾਡਾ ਅਸੀਂ ਏਜੰਡਾ ਲੈ ਕੇ ਚੱਲ ਰਹੇ ਹਾਂ ਯੂਥ ਕਾਲ ਦੇਲ ਸਰਕਾਰਾਂ ਬਣਦੀਆਂ ਰਹਿਣੀਆਂ ਢੈਂਦੀਆਂ ਰਹਿਣੀਆਂ ਜਿੱਤਾ ਹਾਰਾਂ ਚਲਦੀਆਂ ਰਹਿਣੀਆਂ ਉਹ ਵੱਖਰਾ ਵਿਸ਼ਾ ਅੱਜ ਲੋੜ ਪੰਜਾਬ ਦੇ ਵਿੱਚ ਬਹੁਤ ਜਿਆਦੇ ਯੂਥ ਨੂੰ ਇਕੱਠਮਟ ਇਕਮਟ ਹੁੰਨ ਦੀ ਲੋੜ ਆ ਕਿਉਂਕਿ ਪੰਜਾਬ ਅੱਜ ਉਹ ਮੈਂ ਸਮਝਦਾ ਕਿ ਦੌਰ ਚੱਲ ਰਿਹਾ ਹੈ ਜੋ ਪਹਿਲਾਂ ਦੌਰ ਮਾੜੇ ਦੌਰ ਸੀਗੇ ਅੱਜ ਉਹਦੇ ਨਾਲੋਂ ਪੈੜਾ ਕਦੇ ਗੋਲੀ ਨਾਲ ਨੌਜਵਾਨਾਂ ਨੂੰ ਮਾਰਿਆ ਗਿਆ ਕਦੇ ਬਾਹਰ ਚਲੇ ਗਿਆ ਅੱਜ ਜਿਹੜਾ ਨੌਜਵਾਨ ਹੈ ਨਸ਼ੇ ਦੇ ਨਾਲ ਮਰ ਰਿਹਾ ਕਿੰਨੀਆਂ ਵੀਡੀਓ ਕਿੰਨੇ ਕੁਝ ਆਪਾਂ ਦੇਖ ਰਹੇ ਆ ਕਿ ਚਾਰ ਕੁੜੀਆਂ ਨਾਲ ਇੱਕ ਚਿੱਟੇ ਦੀ ਪੂੜੀ ਫ੍ਰੀ ਸੋ ਆਪਾਂ ਸਮਝ ਸਕਦੇ ਆ ਕਿ ਪੰਜਾਬ ਮੇਰੇ ਪੰਜਾਬ ਨੂੰ ਕੀ ਦੀ ਨਜ਼ਰ ਲੱਗੀ ਆ ਇਹਦੇ ਲਈ ਲੋੜ ਆ ਪੰਜਾਬ ਦੇ ਯੂਥ ਨੂੰ ਇਕਮਟ ਹੋਣਾ ਕਿਉਂਕਿ ਇਹ ਲੜਾਈ ਬਹੁਤ ਵੱਡੀ ਆ ਜਿਵੇਂ ਕਲਤਖ ਸਾਹਿਬ ਦੇ ਜਿਹੜੇ ਸਾਬਕਾ ਜਥੇਦਾਰ ਨੇ ਹਰਪੀ ਸਿੰਘ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਅਕਾਲੀ ਦਲ ਦਾ ਜਿਹੜਾ ਜਦੋਂ ਅਕਾਲੀ ਦਲ ਬਣਦਾ ਜਾਂ ਅਕਾਲੀ ਦਲ ਦਾ ਸੰਵਿਧਾਨ ਹਣਾ ਉਹਦੇ ਚ ਬੇਸਿਕ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਜ਼ਗੀਰਦਾਰਾਂ ਦੇ ਖਿਲਾਫ ਇੱਕ ਕਿਸਾਨਾਂ ਮਜ਼ਦੂਰਾਂ ਗਰੀਬਾਂ ਦੀ ਸਭ ਤੋਂ ਗਰੀਬ ਜਿਹੜੇ ਗਰੀਬਾਂ ਚੋਂ ਵੀ ਸਭ ਤੋਂ ਗਰੀਬ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਕਿਨ ਗਰੀਬ ਸਿੱਖ ਨੂੰ ਕੋ ਦੂੰ ਪਾਤਸ਼ਾਹੀ ਉਹ ਵੀ ਉਹ ਅਕਾਲੀ ਦਲ ਦੀ ਰੀੜ ਦੀ ਹੱਡੀ ਰਹੇ ਨੇਗੇ ਬਿਲਕੁਲ ਤਾਂ ਜਥੇਦਾਰ ਹੋਰੀ ਬੋਲ ਰਹੀ ਸੀਗੇ ਕਿ ਕਿਤੇ ਨਾ ਕਿਤੇ ਉਹ ਤੋਂ ਪਾਰਟੀ ਦ ਤਾਂ ਤੁਸੀਂ ਵੀ ਇਸ ਗੱਲ ਨੂੰ ਮੰਨਦੇ ਹੋਗੇ ਕਿ ਜਦੋਂ ਮੈਂ ਪੁੱਛਦਾਗਾ ਕਿ ਤੁਸੀਂ ਉਹ ਸੀਟ ਦੇ ਉੱਤੇ ਆਏ ਹੋ ਚੰਗਾ ਫੈਸਲਾ ਐ ਬੜਾ ਵਧੀਆ ਲੱਗਿਆ ਸਾਨੂੰ ਤਾਂ ਆਪ ਲੱਗਿਆ ਕਿ ਕੰਮ ਕਰਦਾ ਨੌਜਵਾਨੇ ਸੀਟ ਦੇ ਉੱਤੇ ਬੈਠਾਗਾ ਪਰਸਨਲੀ ਮੈਨੂੰ ਇਹ ਲੱਗਿਆ ਕਿ ਤੁਹਾਡਾ ਬੈਠਣਾ ਤਾਂ ਤੁਸੀਂ ਉਹਨੂੰ ਦੇਖਦੇ ਹੋਗੇ ਕਿ ਹਾਂ ਉਹ ਚੀਜ਼ ਨੂੰ ਜ਼ਿਆਦਾ ਮਜ਼ਬੂਤ ਕਰਨ ਦੀ ਲੋੜ ਆ ਜਿੱਥੋਂ ਕਾਲੀ ਦਿਲ ਦਾ ਜੋ ਸਬਦਾਨ ਤੁਸੀਂ ਕਹਿੰਦੇ ਹੋਗੇ ਜੋ ਕੱਲ ਤੱਕ ਦੀ ਤਾਬਿਆ ਗੱਲਾਂ ਹੋਈਆਂ ਸੀ ਬਿਲਕੁਲ ਲੋੜ ਹੈਗੀ ਐ ਤਾਂ ਉਹਦਾ ਫਰਕ ਵੀ ਪੈਂਦਾ ਜਦੋਂ ਇੱਕ ਆਮ ਘਰਾਂ ਦੇ ਨੌਜਵਾਨਾਂ ਨੂੰ ਮਿਹਨਤ ਕਰਨ ਵਾਲਿਆਂ ਨੂੰ ਮੌਕਾ ਪਾਰਟੀ ਦਿੰਦੀ ਆ ਫਿਰ ਉਹਦਾ ਰਿਜ਼ਲਟ ਵੀ ਚੰਗੇ ਆਉਂਦੇ ਨੇ ਸੋ ਮੈਂ ਸਮਝਦਾ ਕਿ ਜੇ ਪਾਰਟੀ ਨੇ ਮੌਕਾ ਦਿੱਤਾ ਤਾਂ ਅਸੀਂ ਪੂਰੀ ਤਨਦੇਹੀ ਨਾਲ ਕੋਸ਼ਿਸ਼ ਕਰਾਂਗੇ ਉਹਦਾ ਰਿਜ਼ਲਟ ਵੀ ਲਈਏ ਕਿਉਂਕਿ ਬਣਨਾ ਇੱਕ ਅਲੱਗ ਗੱਲ ਆ ਬਣ ਕੇ ਫਿਰ ਚੱਲਣਾ ਦੂਜੀ ਗੱਲ ਆ ਸੋ ਪਾਰਟੀ ਪੂਰੀ ਪਿੱਟ ਤੇ ਖੜੀ ਆ ਸ਼ੋਮਨੀਕਲ ਦੇ ਪ੍ਰਧਾਨ ਸਦਾ ਸੁਖੀ ਸਿੰਘ ਬਾਦਲ ਜੀ ਦਾ ਪੂਰਾ ਥਾਪੜ ਆ ਉਹਨਾਂ ਦਾ ਕਿ ਪੂਰਾ ਉਹ ਹਮੇਸ਼ਾ ਇੱਕੋ ਗੱਲ ਕਹਿੰਦੇ ਨੇ ਕਿ ਪੰਥ ਤੇ ਪੰਜਾਬ ਤੇ ਪੰਜਾਬੀ ਦੀ ਲੜਾਈ ਲੜਨੀ ਆ ਕਾਕਾ ਤਕੜਾ ਹੋ ਕੇ ਲੜੀ ਪਾਰਟੀ ਦੇ ਆਤਮ ਨੂੰ ਪੂਰੀ ਸਪੋਰਟ ਆ ਪਿੰਡ ਪਿੰਡ ਜਾਓ ਸ਼ਹਿਰ ਸ਼ਹਿਰ ਜਾਓ ਇਹ ਲੜਾਈ ਤਕੜੇ ਹੋ ਕੇ ਲੜੋ ਸ਼੍ਰੋਮਣੀ ਅਕਾਲੀ ਦਲ ਲੜਾਈ ਪਹਿਲਾਂ ਵੀ ਲੜਦਾ ਸੀ ਮੈਂ ਫਿਰ ਉੱਥੇ ਆ ਰਿਹਾ ਮੁੜ ਕੇ ਕਿ ਪਰ ਪਿਛਲੇ ਸਮੇਂ ਚ ਕੁਝ ਪ੍ਰਚਾਰਿਆ ਇਦਾਂ ਦਾ ਗਿਆ ਪ੍ਰਚਾਰਿਆ ਇਦਾਂ ਦਾ ਗਿਆ ਕਿ ਅਕਾਲੀ ਦਲ ਦੇ ਵਿੱਚ ਆਖੜੋਤਾ ਆ ਗਈਆਂ ਤੇ ਕੋ ਕਮੀਆਂ ਰਹਿ ਜਾਂਦੀਆਂ ਹੁੰਦੀਆਂ ਤੁਹਾਨੂੰ ਲੱਗਦਾ ਕੱਲਾ ਪ੍ਰਚਾਰ ਹੀ ਹੋਇਆ ਜਾਂ ਕੋਈ ਕਮੀਆਂ ਮੈਂ ਮੰਨਦਾ ਕਮੀਆਂ ਰਹਿ ਜਾਂਦੀਆਂ ਹੁੰਦੀਆਂ ਨੇ ਪਰ ਜਿਹੜੇ ਬੰਦੇ ਕੰਮ ਕਰਦੇ ਨੇ ਉਹ ਕਮੀਆਂ ਵੀ ਰਹਿ ਜਾਂਦੀਆਂ ਹੁੰਦੀਆਂ ਨੇ ਕੋਈ ਇਹਦੇ ਚ ਕੋਈ ਜ਼ਰੂਰੀ ਨਹੀਂ ਕਿ ਸਬਜ਼ੀ ਹੁੰਦੀ ਹੈ ਜਿਹੜਾ ਕੰਮ ਕਰਦਾ ਉਹ ਤਾਂ ਗਲਤੀਆਂ ਤਾਂ ਹੋਣਗੀਆਂ ਜਿਹੜਾ ਕੰਮ ਕਰੂਗਾ ਉਸ ਗਲਤੀਆਂ ਹੋਣਗੀਆਂ ਜਿਹਨੇ ਕੰਮ ਹੀ ਨਹੀਂ ਕਰਨਾ ਉਹ ਤਾਂ ਗਲ ਉਹ ਠੀਕ ਆ ਫਿਰ ਨਾਲ ਦੇ ਦੀ ਕਈ ਵਾਰੀ ਬੱਟ ਵੀ ਲਾਇਆ ਹੁੰਦਾ ਹੁੰਦਾ ਮਾੜੀ ਮੋਟੀ ਬਹਣ ਗਿਆ ਵਾ ਉਹ ਹੋ ਜਾਂਦਾ ਹੁੰਦਾ ਕੋਈ ਗੱਲ ਨਹੀਂ ਕੰਮ ਕਰ ਦੇਵੇ ਹੁਣ ਤਾਈਆਂ ਰਹਿ ਜਾ ਕਰਦੀਆਂ ਇੱਚ ਮੰਨਣ ਚ ਕੋਈ ਗੁਰੇਜ ਨਹੀਂ ਹੁਣ ਤਾਈਆਂ ਰਹਿ ਜਾ ਕਰਦੀਆਂ ਪਰ ਐਵਰੇਜ ਤੁਸੀਂ ਦੇਖੋਗੇ ਤਾਂ ਪੱਛ ਤੇ ਪੰਜਾਬ ਤੇ ਪੰਜਾਬੀ ਦੀ ਲੜਾਈ ਲੜੀ ਹੈ ਜੇ ਡਿਵੈਲਪਮੈਂਟ ਦਾ ਕੋਈ ਵੀ ਮੁੱਦਾ ਤੁਸੀਂ ਛੇੜ ਲਓ ਕੋਈ ਮੁੱਦਾ ਛੇੜ ਲਓ ਜੇ ਕੋਈ ਦੂਜੀ ਪਾਰਟੀ ਵਾਲਾ ਨੇੜੇ ਤੇੜੇ ਵੀ ਆ ਗਿਆ ਤਾਂ ਤੁਸੀਂ ਮੇਰੀ ਬਾਹ ਫੜ ਲਿਓ ਬਿਲਕੁਲ ਕੋਈ ਨੇੜੇ ਤੇੜੇ ਵੀ ਨਹੀਂ ਆ ਸਕਦਾ ਜਿਹੜੀ ਲੜਾਈ ਸ਼੍ਰੋਮਣੀ ਕਾਲ ਦਲ 100 ਸਾਲ ਤੋਂ ਲੜਦਾ ਆ ਰਿਹਾ ਉਹ ਹੀ ਲੜ ਰਿਹਾ ਹੈ ਪਰ ਸ਼੍ਰੋਮਣੀ ਕਾਲੀਦਾਨ ਨੂੰ ਕਮਜ਼ੋਰ ਕਰ ਲਈ ਕੱਲਾ ਸ਼੍ਰੋਮਣੀ ਕਾਲਦਨ ਨੂੰ ਕਮਜ਼ੋਰ ਕਰਨ ਲਈ ਨਹੀਂ ਮੈਂ ਸਮਝਦਾ ਕਿ ਪੰਥ ਪੰਜਾਬ ਤੇ ਪੰਜਾਬੀਆਂ ਦੀ ਖਾਲਸਾ ਪੰਥ ਦੀ ਪੰਜਾਬੀਆਂ ਦੀ ਪੰਜਾਬੀਤ ਦੀ ਲੜਾਈ ਲੜਨ ਵਾਲਿਆਂ ਨੂੰ ਜਾਣ ਬੁੱਝ ਕੇ ਕਮਜ਼ੋਰ ਕੀਤਾ ਜਾ ਰਿਹਾ ਹੈ ਕੌਣ ਕਰ ਰਿਹਾ ਇਹ ਤਾਕਤਾਂ ਨੇ ਕਿਹੜੀਆਂ ਤਾਕਤਾਂ ਨੇ ਦਿੱਲੀ ਬੈਠੀਆਂ ਤਾਕਤਾਂ ਨੇ ਬਿਲਕੁਲ ਕਹਿੰਨ ਚ ਕੋਈ ਗਰੇਜ਼ ਨਹੀਂ ਦਿੱਲੀ ਬੈਠੀਆਂ ਤਾਕਤਾਂ ਨੇ ਇਹ ਮੈਂ ਠੋਕ ਕੇ ਕਹਿੰਦਾ ਕਿ ਦਿੱਲੀ ਏਜੰਡਾ ਹਮੇਸ਼ਾ ਪੰਜਾਬ ਦੇ ਖਿਲਾਫ ਹੈ ਭਾਵੇਂ ਸਾਡੀ ਸਾਂਝ ਵੀ ਰਹੀ ਹੈ ਸਾਂਝ ਹੋਣੀ ਹੋਰ ਚੀਜ਼ ਹੁੰਦੀ ਹੈ ਲੰਬੇ ਪੈਣਾ ਅੱਗੇ ਹੋਰ ਚੀਜ਼ ਹੁੰਦੀ ਹੈ ਸ਼੍ਰੋਮਣੀ ਕਾਲ ਦਲ ਕਦੇ ਵੀ ਦਿੱਲੀ ਅੱਗੇ ਲੰਬਾ ਨਹੀਂ ਪਿਆ ਜਦੋਂ ਬਾਰੀ ਆਈ ਤਾਂ ਤਖਤਾਂ ਤਾਂ ਜਾਣੋ ਠੋਕਰਾਂ ਵੀ ਮਾਰ ਦਿਤੀਆਂ ਫਿਰ ਕੋਈ ਵੱਡੀ ਗੱਲ ਨਹੀਂ ਠੀਕ ਆ ਅਸੀਂ ਹਾਰ ਗਏ ਉਹਦੇ باوجود ਵੀ ਕੋਈ ਗੱਲ ਨਹੀਂ ਸਮੇਂ ਨਾਲ ਸਾਰੀ ਗੱਲ ਸਾਹਮਣੇ ਆ ਜਾਂਦੀ ਆ ਤਖਤਾਂ ਨੂੰ ਇਹਨਾਂ ਮੰਤਰੀਪਾਦੀਆਂ ਸੀਟਾਂ ਨੂੰ ਸਮਝੌਤਿਆਂ ਨੂੰ ਉਹ ਤਾਂ ਹੀ ਤੋੜਿਆ ਨਾ ਜਦੋਂ ਪੰਜਾਬ ਤੇ ਪੰਥ ਨਾਲ ਕਰਨ ਦੀ ਗੱਲ ਆਈ ਮੈਂ ਫੇਰ ਗੱਲ ਕਹਿ ਰਿਹਾ ਕਿ ਦਿੱਲੀ ਨਾਲ ਸਮਝੌਤਾ ਹੋਣਾ ਬੱਕਰੀ ਚੀਜ਼ ਆ ਉਹ ਮੁਗਲਾਂ ਵੇਲੇ ਵੀ ਸਿੰਘਾਂ ਦੇ ਸਮਝੌਤੇ ਹੁੰਦੇ ਰਹੇ ਨੇ ਲੰਬਾ ਵੈਣਾ ਹੋਰ ਅੱਗੇ ਹੁੰਦੀ ਆ ਵੀ ਜੇ ਮੈਂ ਬਿਛੀ ਜਾਣਾ ਅੱਗੇ ਜਾ ਕੇ ਸਰੈਂਡਰੀ ਕਰ ਦੇਣਾ ਉਹ ਸ਼੍ਰੋਮਣੀ ਕਾਲ ਦਲ ਨੇ ਇਹ ਤਿਆ ਕੀਤਾ ਹੋਇਆ ਕਿ ਸ਼੍ਰੋਮਣੀ ਕੱਲ ਦੇ ਦੀ ਸਰਕਾਰ ਆਵੇ ਨਾ ਆਵੇ ਜਿੱਤੀ ਐ ਨਾ ਜਿੱਤੀ ਇੱਕ ਤਾਂ ਝੂਠ ਨਹੀਂ ਬੋਲਾਂਗੇ ਕਦੇ ਝੂਠ ਬੋਲ ਕੇ ਸਰਕਾਰ ਨਹੀਂ ਬਣਾਵਾਂਗੇ ਤਾਂ ਹੀ ਆਮ ਕੱਲ ਦੇ ਦੀ ਲੀਡਰਸ਼ਿਪ ਕਹਿੰਦੀ ਆ ਕਿ ਜੋ ਕਿਹਾ ਸੀ ਉਹ ਕੀਤਾ ਜੋ ਕਹਾਂਗੇ ਉਹ ਕਰਾਂਗੇ ਝੂਠ ਬੋਲ ਕੇ ਸਰਕਾਰਾਂ ਨਹੀਂ ਬਣਾਵਾਂਗੇ ਕਿਉਂਕਿ ਪੰਥ ਤੇ ਪੰਜਾਬ ਦੇ ਪੰਜਾਬੀ ਦੀ ਪਾਰਟੀ ਆ ਉਹ ਚੰਗਾ ਨਹੀਂ ਲੱਗਦਾ ਜੋ ਕਹਿੰਦੇ ਨੇ ਉਹ ਕਰਦੇ ਨੇ ਸੁਖੀਰ ਬਾਦਲ ਨੇ ਵੀ ਕਿਹਾ ਕਿ ਆ ਜੋ ਬਣਾਉਣਿਆ ਤੁਹਾਨੂੰ ਵੱਡੇ ਭਰਾ ਬਣਨ ਨੂੰ ਫਿਰਦੇ ਤੁਸੀਂ ਬਣਾਉਣਿਓ ਇਹ ਕਦੇ ਹੁਣ ਐਲਾਈਅੰਸ ਨਹੀਂ ਹੋ ਸਕਦਾ ਜੇ ਮੰਨ ਲਓ ਰਾਜਨੀਤੀ ਤਸੰਬਾ ਉਹ ਨਾਮਾਂ ਦੀ ਖੇਡ ਹੁੰਦੀ ਹੈ ਰਾਜਨੀਤੀ ਚ ਪਤਾ ਨਹੀਂ ਕੀ ਲੋੜ ਕਿਹਦੀ ਲੋੜ ਪੈ ਜੇ ਮੈਂ ਸਾਹ ਦੋਸਤ ਪੱਕਾ ਦੁਸ਼ਮਣ ਥੋੜੀ ਹੁੰਦਾ ਰਾਜਨੀਤੀ ਚ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦੰਨ ਨੂੰ ਜੋ ਇਸ ਟਾਈਮ ਸਮਝੌਤਾ ਚੱਲ ਰਿਹਾ ਬਹੁਜਨ ਸਮਾਜ ਪਾਰਟੀ ਨਾਲ ਵਧੀਆ ਚੱਲ ਰਿਹਾ ਕੋਈ ਸਮਝੌਤੇ ਦੀ ਲੋੜ ਨਹੀਂ ਤੁਸੀਂ ਇਹ ਦੇਖਿਓ ਵੀ ਗੇੜਾ ਹੁੰਦਾ ਕਿਵੇਂ ਆ ਜਦੋਂ ਇਹ ਪੰਥ ਫਿਰ ਖੜਾ ਹੁੰਦਾ ਨਾ ਪੰਜਾਬੀ ਖੜੇ ਹੁੰਦੇ ਨੇ ਫਿਰ ਉਹ ਸਾਰਾ ਕੁੜਾ ਆਂਦੇ ਨੇ ਠੀਕ ਆ ਉਹਨਾਂ ਨੇ ਬਦਲਾਵ ਵੀ ਲਿਆਂਦਾ ਬਦਲਾ ਲਿਆ ਕੇ ਦੇਖ ਵੀ ਲਿਆ ਤੇ ਪਰੇ ਬਦਲਾਵ ਵਾਲੇ ਭੁੱਲ ਗਏ ਕੀ ਫਿਰ ਇਹ ਧੱਕਾ ਇਹ ਜ਼ੁਲਮ ਇਹ ਦਿੱਲੀ ਦੀ ਚੌਧਰਦਾਰੀ ਕਦੇ ਪੰਜਾਬੀ ਜਰਦਾ ਨਹੀਂ ਕਦੇ ਵੀ ਨਹੀਂ ਜਰਦਾ ਇਹ ਹੁਣ ਤੋਂ ਨਹੀਂ ਵੀ ਆ ਹੁਣੀ 2-4 ਸਾਲ ਤੋਂ ਤੁਸੀਂ 500 550 ਸਾਲ ਦਾ ਇਤਿਹਾਸ ਬਾਬੇ ਨਾਨਕ ਜੀ ਤੋਂ ਸਟਾਰਟ ਕਰ ਲਓ ਉਹ ਤੋਂ ਪਹਿਲਾਂ ਦਾ ਵੀ ਹੋਊ ਪਰ ਮੈਂ ਬਾਬੇ ਨਾਨਕ ਜੀ ਤੋਂ ਇਤਿਹਾਸ ਸ਼ੁਰੂ ਕਰਦਾ ਹਾਂ ਬਾਬੇ ਨਾਨਕ ਜੀ ਨੇ ਬਾਬਰ ਨੂੰ ਜ਼ਾਲਮ ਕੀਤਾ ਅੱਗੇ ਦਸੇ ਗੁਰੂ ਸਾਹਿਬਾਨਾਂ ਦੀ ਜਿਹੜੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਸਾਰੀ ਸਾਰਾ ਦਿੱਲੀ ਨਾਲੇ ਸੀ ਹੋਰ ਕਿੱਥੇ ਦੀ ਜਿਹੜੇ ਉਦੋਂ ਦੇ ਹਾਕਮ ਸੀਗੇ ਕਿੱਥੇ ਬਹਿੰਦੇ ਸੀ ਦਿੱਲੀ ਦਿੱਲੀ ਕੋ ਕੋ ਕਿਲੇ ਨੂੰ ਨਹੀਂ ਮੈਂ ਦਿੱਲੀ ਕਹਿ ਰਿਹਾ ਦਿੱਲੀ ਇੱਕ ਸੋਚ ਆ ਹੂੰ ਦਿੱਲੀ ਦਾ ਇੱਕ ਝੰਡਾ ਉਹ ਕਹਿੰਦੇ ਵੀ ਜੇ ਮਤਲਬ ਆਪਾਂ ਨੇ ਪੂਰੇ ਮਤਲਬ ਸਿਸਟਮ ਦੇ ਵਿੱਚ ਰਹਿਣਾ ਹੈ ਉੱਥੇ ਰਾਜ ਕਰਨਾ ਹੈ ਤੇ ਇਹਨਾਂ ਨੂੰ ਨੱਪ ਕੇ ਰੱਖੋ ਪੰਜਾਬੀਆਂ ਨੂੰ ਪਮਾ ਹੈ ਘਟ ਗਿਣਤੀ ਚ ਪਮਾ ਹੈ ਛੋਟਾ ਸੁਭਾ ਪਰ ਜਦੋਂ ਜਦੋਂ ਘੇਰਨ ਦੀ ਗੱਲ ਆਉਂਦੀ ਆ ਉਹਨਾਂ ਦੀ ਸੋਚ ਨੂੰ ਉਹਨਾਂ ਦੀ ਚਾਲ ਨੂੰ ਉਹਨਾਂ ਦੀਆਂ ਕੀਤੀਆਂ ਹੋਈਆਂ ਵਧੇਕੀਆਂ ਨੂੰ ਘੇਰਨ ਦੀ ਗੱਲ ਆਈ ਆ ਆਉਂਦੀ ਆ ਤਾਂ ਫਿਰ ਇੱਥੋਂ ਪੰਜਾਬੀ ਘੇਰਦੇ ਨੇ ਉਹ ਪਮਾ ਗੋਰੇ ਸੀ 80% ਜਿਹੜੀਆਂ ਕੁਰਬਾਨੀਆਂ ਪੰਜਾਬੀਆਂ ਦੀਆਂ ਫਾਂਸੀਆਂ ਤੇ ਚੜ ਗਏ ਕਾਲੇ ਪਾਣੀ ਸਜਾਵਾਂ ਉਹ ਨਾਂਗੇ ਗੋਰੇ ਫਿਰ ਪੰਜਾਬੀ ਸੂਬੇ ਦੀ ਗੱਲ ਆਈ ਅਕਾਲੀ ਦਲ ਨੇ ਲੜਾਈ ਲੜੀ ਪੰਜਾਬੀ ਸੂਬਾ ਕਿਵੇਂ ਬਣਿਆ ਅੱਜ ਦੇ ਯੂਥ ਨੂੰ ਤਾਂ ਮੈਂ ਮੈਂ ਜਾ ਕੇ ਸਟੇਜਾਂ ਤੇ ਬੋਲਦਾ ਯੂਥ ਨੂੰ ਪਤਾ ਹੀ ਨਹੀਂ ਕਿ ਉਹ ਤਾਂ ਪੰਜਾਬੀ ਸੂਬਾ ਹੀ ਨਹੀਂ ਪੁੰਨਦੇ ਸੀ ਕਿਹੜਾ ਮੇਰਾ ਪੰਜਾਬ ਇਹ ਤਾਂ ਲੜ ਕੇ ਅਕਾਲੀ ਦਲ ਨੇ ਮੋਰਚੇ ਲਾ ਕੇ ਡਾਂਗਾ ਖਾ ਕੇ ਤਾਂ ਪੰਜਾਬ ਲਿਆ ਜਦੋਂ ਲਿਆ ਤਾਂ ਅਧੂਰਾ ਪਾਣੀ ਆਪਣਾ ਲੈ ਕੇ ਚੰਡੀਗੜ੍ਹ ਆਪਣਾ ਲੈ ਕੇ ਅਕਾਲੀ ਦਲ ਨੇ ਲੜਾਈ ਲੜੀ ਕਿੱਥੋਂ ਫਿਰ ਹਾਲਾਤ ਵਿਗੜਦੇ ਵਿਗੜਦੇ ਕਿੱਧਰ ਨੂੰ ਗਏ ਬੀਬੀ ਇੰਦਰਾ ਨੇ ਕੀ ਕੀ ਕੀਤਾ ਉਹਨੇ ਉਹਨੇ ਮਤਲਬ ਇੱਕ ਮੈਂ ਕਹਿੰਦਾ ਕਿ ਪੀੜੀ ਮਾਰਤੀ ਇੱਕ ਗੋਲੀਆਂ ਮਾਰ ਮਾਰ ਕੇ ਕਾਂਗਰਸ ਨੇ 92 ਤੱਕ ਕਿਹੜੇ ਹਾਲਾਤ ਨੇ ਅ ਕੇਸਰੀ ਦਸਤਾਰ ਸਿਰ ਤੇ ਸਜਾਈ ਹੋਈ ਆ 90 ਦਾ ਦੌਰ ਉਹ ਸੀ ਮੈਂ ਤਾਂ ਛੋਟਾ ਸੀ ਉਦੋਂ 90 ਦਾ ਦੌਰ ਉਹ ਸੀ ਨੌਜਵਾਨ ਸਿਰਾਂ ਤੇ ਸੁਣਦੇ ਆ ਬਜ਼ੁਰਗਾਂ ਤੋਂ ਕੇਸਰੀ ਦਸਤਾਰਾਂ ਸਜਾ ਕੇ ਨਹੀਂ ਜਾਂਦੇ ਸੀ ਘਰ ਤੋਂ ਬਾਹਰ ਕਹਿੰਦੇ ਝੂਠੇ ਮੁਕਾਬਲੇ ਕਰ ਦਿੱਤੇ ਜਾਂਦੇ ਸੀ ਅੱਛਾ ਮੈਂ ਮੈਂ اسی ਗੱਲ ਦੇ ਉੱਤੇ ਆ ਰਿਹਾ ਹਾਂ ਤੁਸੀਂ ਆਪਣੀ ਗੱਲ ਕੰਟੀਨਿਊ ਕਰਿਓ ਪੰਥਕ ਪੋਲਿਟਿਕਸ ਤੋਂ ਕਦੇ ਇਲਜ਼ਾਮ ਵੀ ਲੱਗਦੇ ਰਹੇ ਕਿ ਅਕਾਲੀ ਦਲ ਜਿਹੜਾ ਪੰਥ ਦੀ ਪਾਰਟੀ ਹੈ ਤੁਹਾਨੂੰ ਪਤਾ ਜਦੋਂ ਮੋਗਾ ਕਾਨਫਰੰਸ ਹੋਈ ਅਕਾਲੀ ਦਲ ਪੰਜਾਬੀ ਪਾਰਟੀ ਬਣੇ ਐਲਾਨ ਕੀਤਾ ਗਿਆ ਮੋਗਾ ਡਿਕਲੇਰੇਸ਼ਨ ਆ ਕਿ ਅਕਾਲੀ ਦਲ ਪੰਜਾਬੀ ਪਾਰਟੀ ਐ ਪੰਥ ਤੋਂ ਦੂਰ ਹੋਈ ਪਾਰਟੀ ਪੰਥਕ ਪੋਲਿਟਿਕਸ ਤੋਂ ਦੂਰ ਹੋਈ ਡਵੈਲਪਮੈਂਟ ਦਾ ਏਜੰਡਾ ਉਦੋਂ ਬਹੁਤ ਜ਼ਿਆਦਾ ਚੱਲਦਾ ਹੁੰਦਾ ਸੀਗਾ ਹੁਣ ਤੁਸੀਂ ਬਾਰ-ਬਾਰ ਪੰਥ ਦੀ ਗੱਲ ਕਰ ਰਹੇ ਹੋ ਕੇਸਰੀ ਪੱਗ ਦੀ ਗੱਲ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਜਿਹੜੀ ਤੁਹਾਡੀ ਤਾਕਤ ਸੀਗੀ ਕਿਤੇ ਨਾ ਕਿਤੇ ਤੁਸੀਂ ਤੋਂ ਦੂਰ ਹੋ ਗਏ ਸੀ ਉਸੇ ਤਾਕਤ ਤੇ ਰਹਿਣਾ ਪਊਗਾ ਠੀਕ ਆ ਪੰਜਾਬੀ ਤਾਂ ਸਾਰਿਆਂ ਨੂੰ ਮੁਬਾਰਕੀ ਆ ਉਹ ਤਾਂ ਕੋਈ ਸਾਰੇ ਹਿੰਦੂ ਸਿੱਖ ਭਰਾ ਆਪਾਂ ਮੁਸਲਮਾਨ ਸਾਰੇ ਇੱਥੇ ਰਲ ਮਿਲ ਕੇ ਰਹਨੇ ਆ ਸਦੀਆਂ ਤੋਂ ਪਰ ਅਕਾਲੀ ਦਲ ਕਿੰਨਾ ਕਿਤੇ ਉਸ ਝੰਡੇ ਤੋਂ ਪਟਕਿਆ ਸੀਗਾ ਨਹੀਂ ਝੰਡੇ ਤੋਂ ਨਹੀਂ ਪਟਕਿਆ ਅਕਾਲੀ ਦਲ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਅਸੀਂ ਪੰਥਕ ਪਾਰਟੀ ਨਹੀਂ ਹੈਗੇ ਉਹਨਾਂ ਨੇ ਕਿਹਾ ਵੀ ਪੰਥ ਖਾਲਸਾ ਪੰਥ ਦੀ ਪਾਰਟੀ ਨਾਲ ਪੰਜਾਬੀਆਂ ਦੀ ਪਾਰਟੀ ਪੰਜਾਬੀ ਦੇ ਵਿੱਚ ਸਾਰੇ ਆਉਂਦੇ ਨੇ ਖਾਲਸਾ ਪੰਥ ਤਾਂ ਇਕੱਲਾ ਆਪਾਂ ਸਮਝਦੇ ਕਿ ਸਿੱਖ ਹੁੰਦੇ ਨੇ ਨਾ ਖਾਲਸਾ ਪੰਥ ਦੇ ਵਿੱਚ ਤਾਂ ਭਾਵੇਂ ਕਿ ਆਪਾਂ ਤਾਂ ਧਰਮ ਸਭੇ ਸਾਂਝਾ ਧਰਮ ਹੈ ਵੀ ਚਾਰ ਦਰਵਾਜ਼ੇ ਸਾਂਝੀ ਵਾਲ ਸਿਧਾਂਤ ਕੋਈ ਨਾ ਦੱਸੇ ਬਾਹਰ ਹਾਂ ਬਾਹਰਸਾਲਾ ਧਰਮ ਹੈ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਕਿ ਸਾਰਿਆਂ ਨੂੰ ਗੱਲ ਨਾ ਲਾਉਂਦੇ ਗਲ ਬਕੜੇ ਲਾਉਂਦੇ ਪੰਜਾਬੀ ਇਹ ਪੰਜਾਬੀ ਦੇ ਵਿੱਚ ਸਾਰੇ ਯਾਰ ਜਿਨ੍ਹਾਂ ਨੇ ਪੋਲਿਟਿਕਲ ਐਨਾਲਿਸਿਸ ਕੀਤਾ ਤੁਹਾਡੇ ਲੱਗਾ ਕਿ ਤੁਸੀਂ ਉਹ ਅਜੰਡਾ ਜਿਹੜਾ ਪੰਥਕ ਪਾਰਟੀ ਪੰਥ ਦਾ ਅਜੰਡਾ ਛੱਡ ਕੇ ਬਾਕੀ ਜੰਡਿਆਂ ਤੇ ਚਲੀ ਗਈ ਇਸੇ ਕਰਕੇ ਉਹਦਾ ਐਡਾ ਵੱਡਾ ਨੁਕਸਾਨ ਜਿਹੜਾ ਤੁਹਾਡਾ 2022 ਚ ਹੋਇਆ ਇਸ ਕਰਕੇ ਹੋਇਆ ਅਜੰਡਾ ਐਨਾਲਿਸਿਸ ਕਰਨ ਵਾਲੇ ਕਹਿੰਦੇ ਨੇ ਅਜੰਡਾ ਕਦੇ ਵੀ ਅਕਾਲੀ ਦਲ ਨੇ ਸ਼੍ਰੋਮਣੀ ਕਾਲੇ ਦੀ ਲੀਡਰਸ਼ਿਪ ਨੇ ਕਦੇ ਵੀ ਪੰਥਕ ਅਜੰਡਾ ਨਹੀਂ ਛੱਡਿਆ ਮੈਂ ਫਿਰ ਉੱਥੇ ਹੀ ਆਉਣਾ ਕਿ ਹਾਰ ਨੂੰ ਹੀ ਮੰਨੀ ਜਾਂਦੇ ਨੇ ਹੂੰ ਦੋ ਗੱਲਾਂ ਹੁੰਦੀਆਂ ਨੇ ਜੇ ਵੋਟਾਂ ਦੇ ਨਾਲੇ ਤੁਸੀਂ ਜਿਹੜੇ ਤੁਹਾਡੇ ਮਾਧਿਅਮ ਰਾਹੀਂ ਮੈਨੂੰ ਸੁਣ ਰਹੇ ਨੇ ਮੈਂ ਉਹਨਾਂ ਦੱਸਣਾ ਚਾਹੁੰਦਾ ਕਿ ਦੋ ਤਰ੍ਹਾਂ ਦੀ ਵੋਟ ਹੁੰਦੀ ਹੈ ਵੋਟ ਇੱਕ ਤਾਂ ਹੁੰਦੀ ਹੈ ਕਿਸੇ ਦੇ ਖਿਲਾਫ ਪੈਣੀ ਤੇ ਦੂਜੀ ਹੁੰਦੀ ਹੈ ਕਿਸੇ ਦੇ ਹੱਕ ਚ ਪੈਣੀ ਇਹ ਫਰਕ ਸਮਝੋ ਫਰਕ ਹੈ ਵੋਟ ਮੈਂ ਸਮਝਨਾ ਕਿ ਸਾਡੇ ਖਿਲਾਫ ਨਹੀਂ ਪਈ ਵੋਟ ਝੂਠ ਨੂੰ ਪਈ ਜਦੋਂ ਕਿਹਾ ਕਿ ਘਰ ਘਰ ਨੌਕਰੀ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ ਚ ਫੜ ਕੇ ਕੋਈ ਨਸ਼ੇ ਦਾ ਲੱਕ ਤੋੜਨ ਦੋ ਹੀ ਮੁੱਦੇ ਸੀ ਨਾ ਰੋਜ਼ਗਾਰ ਤੇ ਨਸ਼ਾ ਤੇ ਕਿਸਾਨਾਂ ਨੂੰ ਕੋਈ ਕਰਜ਼ਾ ਕਰਕੇ ਖਤਮ ਫਸਲ ਦੀ ਪੂਰੀ ਰਕਮ ਐਡਾ ਵੱਡਾ ਝੂਠ ਬੋਲਤਿਆ ਕਿਸਾਨ ਨੂੰ ਲੱਗਿਆ ਹਰੇਕ ਨੂੰ ਵੀ ਆਹ ਪਾ ਦੋ ਇੱਕ ਵੋਟਾਂ ਜੇ ਕਰਜ਼ਾ ਮਾਫ ਹੁੰਦਾ ਹਰੇਕ ਮਾਂ ਨੂੰ ਲੱਗਿਆ ਕਿ ਮੇਰੇ ਪੁੱਤ ਨੂੰ ਨੌਕਰੀ ਵੋਟ ਪੈ ਗਈ ਤੇ ਜਦੋਂ ਹੁਣ ਆਇਆ ਕਹਿੰਦੇ ਬਦਲਾਅ ਤੇ ਬਦਲਾਅ ਕਿਹੋ ਜਿਹਾ ਤੇ ਆਪਾਂ ਦੇਖ ਹੀ ਲਿਆ ਕਿ ਕਿਹੜੇ ਹਾਲਾਤ ਅੱਜ ਪੰਜਾਬ ਦੇ ਵਿੱਚ ਹੋਏ ਨੇ ਹੱਕ ਸੱਚ ਦੀ ਗੱਲ ਤਾਂ ਅੱਜ ਮੀਡੀਆ ਨਹੀਂ ਕਰ ਸਕਦਾ ਅੱਜ ਅਖਬਾਰ ਨਹੀਂ ਕਰ ਸਕਦੇ ਜੇ ਕੋਈ ਬੋਲਦਾ YouTube ਚੈਨਲ ਬੰਦ ਜੇ ਕੋਈ ਅਖਬਾਰ ਵਾਲਾ ਬੋਲਦਾ ਉਹਦੇ ਤੇ ਪਰਚਾ ਜੇ ਕੋਈ ਨੌਜਵਾਨ ਆਪਣਾ ਪਿੰਡ ਚ ਬੈਠਾ ਫੇਸਬੁੱਕ ਤੇ ਵੀ ਕੋਈ ਗੱਲ ਦੋ ਗੱਲਾਂ ਬੋਲ ਦੇਣਾ ਤਾਂ ਉਹਨੂੰ ਵੀ ਇਹ ਬਾਲਾ ਮਨ ਸੋਸ਼ਲ ਮੀਡੀਆ ਬਾਰੇ ਪਤਾ ਨਹੀਂ ਇੰਨਾ ਜ਼ਿਆਦਾ ਉਹਨੂੰ ਵੀ ਸਟ੍ਰੈਕ ਸਟ੍ਰੋਕ ਮਾਰਾ ਕੇ ਉਹਦਾ ਪੇਜ ਵੀ ਬੰਦ ਕਰ ਦਿੰਦੇ ਨੇ ਇਹ ਹਾਲਾਤ ਨੇ ਤੇ ਇਹ ਪੰਜਾਬੀਆਂ ਦੀ ਆਵਾਜ਼ ਦਬਣ ਦੀ ਕੋਸ਼ਿਸ਼ ਆ ਪਰ ਉਹ ਇਤਿਹਾਸ ਪੜਦੇ ਨਹੀਂ ਪਤਾ ਨਹੀਂ ਕੀ ਗੱਲ ਹੈ ਦਿੱਲੀ ਵਾਲੇ ਬਾਰ-ਬਾਰ ਪੰਗਾ ਲੈਂਦੇ ਨੇ ਇਹ ਜਿੰਨਾ ਦੱਪਣਗੇ ਉਨੇ ਵੇਕ ਆਉਣਗੇ ਤੇ ਇਹੋ ਜਿਹਾ ਸਬਕ ਸਿਖਾਉਣਗੇ ਲੱਭਣੇ ਨਹੀਂ ਮੁੜ ਕੇ ਇਹ ਜਿਹੜਾ ਜਿਨੇ ਪੰਗਾ ਲਿਆ ਪੰਜਾਬੀਆਂ ਨਾਲ ਫੇਰ ਮੁੜ ਕੇ ਲੱਭਿਆ ਨਹੀਂ ਇਤਿਹਾਸ ਬੋਲੋ ਤੁਸੀਂ ਅੱਛਾ ਤੁਸੀਂ ਹੁਣ ਔਸ ਬੈਕਗਰਾਉਂਡ ਤੋਂ ਆਇਓ ਜਿਹਦੀ ਮੈਂ ਕਿਹਾ ਵੀ ਕਿ ਇਹ ਤੁਹਾਨੂੰ ਨਾ ਇੱਕ ਚੰਗੀ ਗੱਲ ਵੀ ਹੈ ਕਿ ਤੁਹਾਡੇ ਵਰਗੇ ਨੌਜਵਾਨ ਇਸ ਕੁਰਸੀ ਤੇ ਬਿਠਾਉਣਾ ਜਿਹੜਾ ਸਾਰੀਆਂ ਪਾਰਟੀਆਂ ਮੈਂ ਕੋਈ ਨਹੀਂ ਕਹ ਰਿਹਾ ਸਾਡੇ ਲਈ ਤੇ ਸਾਰੀਆਂ ਇੱਕੋ ਜਿਹੀਆਂ ਪਾਰਟੀਆਂ ਕਾਂਗਰਸ ਹੋਵੇ ਆਪ ਹੋਵੇ ਕਾਲੀ ਦੇ ਲੋ ਬੀਜੇਪੀ ਹੋਵੇ ਹਰ ਪਾਰਟੀ 'ਚ ਅਗਰ ਕੋਈ ਆਮ ਘਰਾਂ ਦੇ ਮੁੰਡੇ ਆਉਣਗੇ ਚੰਗੀ ਗੱਲ ਆ ਨਹੀਂ ਤਾਂ ਆਪਾਂ ਦੇਖਦੇ ਆ ਲੀਡਰਾਂ ਦੇ ਜਵਾਕ ਹੀ ਲੀਡਰ ਬਣ ਜਾਂਦੇ ਨੇ ਉਹ ਕਾਕਾਸ਼ਾਹੀ ਚੱਲਦੀ ਰਹਿੰਦੀ ਆ ਹਨਾ ਬਹੁਤ ਸਾਰੀਆਂ ਪਾਰਟੀਆਂ ਚੱਲਦੀ ਆ ਇੱਕ ਲੀਕ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਤੁਹਾਡੇ ਕੋਲੇ ਜੇ ਮੈਂ ਪੁੱਛਾਂ ਹੁਣ ਜੋ ਤੁਸੀਂ ਉੱਥੋਂ ਆਨੇ ਹੋ ਜਿੱਥੋਂ ਨ ਕਈ ਜਿਹੜਾ ਬੰਦੇ ਆਪਾਂ ਕਹਿੰਦੇ ਆ ਏਸੀ ਰੂਮਾਂ 'ਚ ਬੈਠੇ ਚੰਡੀਗੜ੍ਹ ਦਿੱਲੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਧੜਕ ਕਿੱਥੇ ਹੈਗੀ ਹਾਂ ਜੇ ਤੁਸੀਂ ਧੜਕ ਨਹੀਂ ਨਬਜ਼ ਹੀ ਨਹੀਂ ਫੜਨੀ ਆਉਂਦੀ ਤੁਹਾਨੂੰ ਕਿਸੇ ਗੱਲ ਸਮਝਣਾ ਜ਼ਰੂਰੀ ਆ ਰਾਜਨੀਤੀ ਕੀ ਹੈਗੀ ਜੇ ਤੁਹਾਨੂੰ ਨਬਜ਼ ਹੀ ਨਹੀਂ ਫੜਨ ਆਉਂਦਾ ਉਹ ਕਹਿੰਦੇ ਰਾਜਨੀਤੀ ਮੈਂ ਕਿਵੇਂ ਸਮਝਾਂ ਰਾਜਨੀਤੀ ਕੀ ਹੈ ਕਿ ਰਾਜਨੀਤੀ 'ਚ ਕਿਸੇ ਬਿਜ਼ਨਸ 'ਚ ਜਾਂ ਕਿਸੇ ਆਰਗੇਨਾਈਜੇਸ਼ਨ 'ਚ ਬੰਦਾ ਥੋੜੇ ਦਿਮਾਗਾਂ ਨੂੰ ਸਟੱਡੀ ਕਰਦਾ ਤੇ ਰਾਜਨੀਤੀ ਜਿਹੜਾ ਕਲੈਕਟਿਵ ਮਾਈਂਡ ਨੂੰ ਸਮਝਣ ਵਾਲਾ ਬੰਦਾ ਹੁੰਦਾ ਜਿਹੜਾ ਕਲੈਕਟਿਵ ਮਾਈਂਡ ਦੀ ਅੰਡਰਸਟੈਂਡਿੰਗ ਕਰ ਲੈਂਦਾ ਕਿ ਵੱਡਾ ਲੀਡਰ ਹੁੰਦਾ ਜਿਹੜਾ ਇਹਨੂੰ ਅੰਡਰਸਟੈਂਡ ਕਰਨਾ ਸਿੱਖ ਜੇ ਨਾ ਬਿਲਕੁਲ ਠੀਕ ਹੈਗਾ ਤਾਂ ਮੈਂ ਤੁਹਾਡੇ ਤੋਂ ਪੁੱਛਦਾਗਾ ਕਿਉਂਕਿ ਤੁਸੀਂ ਉਸ ਜ਼ਮੀਨ ਤੋਂ ਆਏ ਹੋਏ ਹੋ ਤੁਹਾਡੇ ਕੋਲ ਕੋਈ ਹੈ ਜੇ ਪੰਜ ਏਜੰਡੇ ਹੈਗੇ ਹੈਗੇ ਵੀ ਅਕਾਲੀ ਦਲ ਦਾ ਰਿਵਾਈਵਲ ਹੋ ਜੇ ਅਕਾਲੀ ਦਲ ਦਾ ਰਿਵਾਈਵਲ ਹੋਏਗਾ ਪੱਕਾ ਹੋਏਗਾ ਮੈਨੂੰ ਦੱਸੋ ਕੋਈ ਪੰਜ ਗੱਲਾਂ ਇੱਕ ਤਾਂ ਤੁਸੀਂ ਰੈਲੀਆਂ ਕਰ ਰਹੇ ਹੋ ਚਲੋ ਅਸੀਂ ਦੇਖ ਰਹਿਆਂਗੇ ਨਹੀਂ ਰੈਲੀਆਂ ਦੇਖੋ ਰੈਲੀਆਂ ਦੇ ਵਿੱਚ ਮੈਂ ਕਿਤੇ ਵੋਟ ਨਹੀਂ ਮੰਗ ਰਿਆ ਮੈਂ ਫਿਰ ਉਹ ਹੀ ਗੱਲ ਹੈ ਵੀ ਵੋਟ ਵਿਸ਼ਾ ਦੂਜਾ ਪਹਿਲਾ ਵਿਸ਼ਾ ਇਹ ਹੈ ਕਿ ਯੂਥ ਨੂੰ ਲਾਮਬੰਦ ਕਰਕੇ ਇੱਕ ਸਹੀ ਏਜੰਡੇ ਤੇ ਲਿਆਉਣਾ ਕਿਉਂਕਿ ਲੋੜ ਆ ਸਮੇਂ ਜਿਹੜਾ ਤੁਸੀਂ ਅਕਾਲੀ ਦਲ ਅਕਾਲੀ ਦਲ ਵਾਲ ਜਿਹੜਾ ਯੂਥ ਆ ਉਹ ਬਹੁਤ ਵੱਡੇ ਪੱਧਰ ਤੇ ਆਏਗਾ ਕਿਉਂਕਿ ਯੂਥ ਸਮਝ ਚੁੱਕਿਆ ਉਹ ਜਾਗ ਲਾ ਰਹੇ ਆ ਅਸੀਂ ਜਾ ਕੇ ਜਿਹੜੀਆਂ ਪੰਜਾਬ ਯੂਥ ਮਿਲਣੀ ਸਾਡਾ ਸਮਾਗਮ ਚੱਲ ਰਿਹਾ ਉਹਦੇ ਸਾਡੇ ਦੋ ਮੇਨ ਅਜੰਡੇ ਨੇ ਮੇਨ ਜਿਹੜੇ ਅਸੀਂ ਲੈ ਕੇ ਚੱਲ ਰਹੇ ਹਾਂ ਇੱਕ ਤਾਂ ਇਹ ਕਿ ਨੌਜਵਾਨਾਂ ਨੂੰ ਬਾਰ-ਬਾਰ ਬੇਨਤੀ ਕਰ ਰਹੇ ਹਾਂ ਕਿ ਗੁਰੂ ਸਾਹਿਬ ਦੀ ਬਖਸ਼ੀ ਹੋਈ ਦਸਤਾਰ ਸਜਾਓ ਨੀਲੀਆਂ ਦਸਤਾਰਾਂ ਸਜਾਓ ਚਲੋ ਅਸੀਂ ਯੂਥ ਕਲਜ ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਕੇਸਰੀ ਦਸਤਾਰਾਂ ਸਜਾਓ ਵੀ ਕ ਆਪਣੀ ਪਛਾਣ ਰੱਖੇ ਕਿ ਇਹ ਯੂਥ ਦੇ ਉਹਦੇ ਦਾਰ ਨੇ ਨੀਲੀਆਂ ਦ ਬਿਲੀਅਨ ਦਸਤਾਰਾਂ ਸਜਾਓ ਕੇਸਰੀ ਦਸਤਾਰਾਂ ਸਜਾਓ ਦਸਤਾਰ ਸਜਾਉਣ ਦਾ ਮਤਲਬ ਇਹ ਹੈ ਇੱਕ ਇੱਕ ਦਾਸੀ ਇਹ ਦੱਸਣਾ ਚਾਹੁੰਦੇ ਆ ਦਿੱਲੀ ਵਾਲਿਆਂ ਨੂੰ ਕਿ ਚੁਬਧੀਆਂ ਬਹੁਤ ਨੇ ਕਈ ਖਬਰਾਂ ਨੇ ਮੇਰੀਆਂ ਖਬਰਾਂ ਲਾਈਆਂ ਮੇਨੇ ਕਿ ਦਿੱਲੀ ਨੂੰ ਚੁਬਧੀਆਂ ਨੇ ਕੇਸਰੀ ਦਸਤਾਰਾਂ ਕਿ ਇਹ ਸਾਡੀ ਅਣਖ ਤੇ ਗੈਰਤ ਦਾ ਪੱਥੀਕ ਹੈ ਕਿ ਅਸੀਂ ਦੱਸਣਾ ਚਾਹੁੰਦੇ ਆ ਕਿ ਅਸੀਂ ਜਿਉਂਦੇ ਆ ਅਸੀਂ ਮਰੇ ਨਹੀਂ ਕਦੇ ਵੀ ਪੰਜਾਬੀ ਨੇ ਜਿਹੜੇ ਉਹ ਮਰਦੇ ਨਹੀਂ ਉਹ ਜਿਉਂਦੇ ਰਹਿੰਦੇ ਨੇ ਸਾਡੀ ਸੋਚ ਤੇ ਅਣਖ ਗੈਰਤ ਜਿਹੜੀ ਉਹ ਜੂੰਦੀ ਰਹਿੰਦੀ ਆ ਕਿਉਂਕਿ ਦੱਸਣਾ ਜ਼ਰੂਰੀ ਆ ਨਸ਼ਾ ਦੇਖੋ ਜਿਹੜੇ ਲੋਕ ਨਸ਼ੇ ਨੂੰ ਲੈ ਕੇ ਮੁੱਦਿਆਂ ਲੈ ਕੇ ਕਾਲੀ ਦਰ ਨੂੰ ਕਿਹਦੀ ਤੁਹਾਡੇ ਖਿਲਾਫ ਸਭ ਤੋਂ ਜ਼ਿਆਦਾ ਰਾਜਨੀਤੀ ਹੋਈ ਸੇ ਦੇ ਉੱਤੇ ਸਭ ਤੋਂ ਜ਼ਿਆਦਾ ਤੁਹਾਡੇ ਖਿਲਾਫ ਮੈਂ ਬੇਅਦਬੀ ਨਸ਼ਾ ਤੇ ਡੇਰਾ ਮੈਂ ਦੋ ਇਸ਼ੂਆਂ ਨੇ ਤੁਹਾਨੂੰ ਖਾ ਲਿਆ ਮੈਨੂੰ ਹੀ ਲੱਗਦਾ ਮੈਂ ਦੋ ਹੀ ਤਿੰਨ ਇਸ਼ੂਆਂ ਨੇ ਤੁਹਾਡਾ ਸਭ ਤੋਂ ਵੱਧ ਨੁਕਸਾਨ ਕੀਤਾ ਦੋ ਮੁੱਦਿਆਂ ਤੇ ਮੈਂ ਤਿੰਨੇ ਮੁੱਦਿਆਂ ਤੇ ਗੱਲ ਕਰ ਲੈਨੇ ਆਪਾਂ ਨਸ਼ੇ ਦੀ ਗੱਲ ਕੀਤੀ ਇਹਨਾਂ ਨੇ ਕਿਹਾ ਕਿ ਚਿੱਟਾ ਆਪ ਨਹੀਂ ਵਿਕਦਾ ਸਰਕਾਰਾਂ ਬਕਾਉਂਦੀਆਂ ਨੇ ਫੈਕਟਰੀਆਂ ਇੱਥੇ ਹੀ ਲੱਗੀਆਂ ਹੋਈਆਂ ਨੇ ਬਾਰਡਰੋਂ ਪਾਰ ਲੱਗੀਆਂ ਹੋਈਆਂ ਇਹ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਬਿਆਨ ਨੇ ਕੇਜਰੀਵਾਲ ਦੇ ਬਿਆਨ ਨੇ ਕਿ ਕੇ ਮੁੱਖ ਮੰਤਰੀ ਦੀ ਨੀਤ ਸਾਫ਼ ਹੋਵੇ ਤਾਂ ਨਸ਼ਾ ਕਿਉਂ 4 ਹਫ਼ਤਿਆਂ ਵਿੱਚ ਬੰਦ ਹੋ ਸਕਦਾ ਹੈ ਅਗਰ ਨੀਤ ਸਾਹਿਬ ਕੀ ਮੈਂ ਪੁੱਛਣਾ ਚਾਹੁੰਦਾ ਕਿ ਚਿੱਟਾ ਅੱਜ ਆਪ ਨੇ ਵੀ ਇੱਕ ਦਾ ਸਰਕਾਰਾਂ ਬਕਾਉਂਦੀਆਂ ਕਿ ਇਹ ਸਰਕਾਰ ਬੁਕਾਰੀ ਹੈ ਇਹ ਕਹਿੰਦੇ ਕਿ ਨੀਤ ਜੇ ਹੋਵੇ ਤਾਂ 4 ਹਫ਼ਤਿਆਂ ਵਿੱਚ ਬੰਦ ਹੋ ਸਕਦਾ ਪਰ ਇਹਦਾ ਮਤਲਬ ਪੌਣੇ ਦੋ ਸਾਲ ਤੋਂ ਸਰਕਾਰ ਦੀ ਨੀਤ ਨਹੀਂ ਇਹ ਕਹਿੰਦੇ ਨੇ ਫੈਕਟਰੀ ਇੱਥੇ ਲੱਗੀਆਂ ਹੋ ਜਾਂ ਬਾਰਡਰੋਂ ਪਾਰ ਲੱਗੀਆਂ ਹੋ ਜਾਂ ਫਿਰ ਫੜਦੇ ਕਿਉਂ ਨਹੀਂ ਕਿੰਨੀਆਂ ਇਹ ਵੀੜੀਆਂ ਇੱਕ ਸਭ ਤੋਂ ਵੱਡੀ ਗੱਲ ਹਰੇਕ ਥਾਣੇ 'ਚ ਇਹ ਆਰਡਰ ਆ ਚੁੱਕੇ ਨੇ ਕਿ ਤੁਸੀਂ ਕੋਈ ਨਸ਼ੇ ਦਾ ਪਰਚੇ ਦਰਜ ਨਹੀਂ ਕਰਨਾ ਪਰ ਚੇਂਦਰ ਜੋ ਹੋ ਰਿਹਾ ਕਹਿੰਦੇ ਰਿਕਾਰਡ ਹੀ ਨਹੀਂ ਕਹਿੰਦੇ ਕਲੀਅਰ ਹੈ ਜੀ ਜਾ ਕੇ 36 ਗੜ ਉਹਦਰ ਆਂ ਤਰਾ ਰਾਜਸਥਾਨ ਜਾ ਕੇ ਪ੍ਰਚਾਰ ਕਰ ਰਹੇ ਨੇ ਪੰਜਾਬ ਚ ਕਹਿੰਦੇ ਅਸੀਂ ਹੈਲਥ ਸਿਸਟਮ ਕਰਤੇ ਅਸੀਂ ਨਸ਼ਾ ਚੱਕਤੇ ਨਸ਼ਾ ਕਿਥੋਂ ਚੱਕਤੇ ਆ ਬੱਚੇ ਬੱਚੇ ਨੂੰ ਪਤਾ ਕਰਲਾਇ ਕਰਲਾਉਂਦੇ ਫਿਰਦੇ ਨੇ ਲੋਕ ਮਾਵਾਂ ਕਰਲਾਉਂਦੀਆਂ ਫਿਰਦੀਆਂ ਨੇ ਇੰਨਾ ਬੁਰਾ ਹਾਲ ਆ ਨਸ਼ੇ ਦਾ ਕਿ ਪਿੰਡ ਪਿੰਡ ਨਸ਼ਾ ਵਿਕ ਰਿਹਾ ਜਿਹੜੇ ਮੈਨੂੰ ਬੱਸ ਸਟੈਂਡ ਪਟਿਆਲੇ ਤੋਂ ਮਿਲਿਆ ਉਹ ਮੇਰੇ ਪਟਿਆਲਾ ਨੇੜੇ ਆ ਨਵਾਂ ਬੱਸ ਸਟੈਂਡ ਬਣਿਆ ਤਾਂ ਨਵੇਂ ਦੀ ਗੱਲ ਕਰਦਾ ਮੈਂ ਹੁਣ ਲੇਟੈਸਟ ਉਹ ਕਹਿੰਦਾ ਵੀ 20 ਬੰਦੇ ਕਟੋ ਕਟ ਇਕੱਲੇ ਬੱਸ ਸਟੈਂਡ ਦੇ ਵਿੱਚ ਚ ਕੁਫਰਦਾ ਹੀ ਨਹੀਂ ਉਹ ਕਹਿੰਦਾ ਕਦੇ ਵੀ ਨਹੀਂ ਹੋਇਆ ਅਕਾਲੀ ਸਰਕਾਰ ਵੀ ਆਈ ਆ ਕਾਂਗਰਸ ਵੀ ਆਈ ਆ ਐਂ ਤੱਕ ਤਾਂ ਸੋਚਿਆ ਹੀ ਨਹੀਂ ਵੀ ਚਾਰ ਕੁੜੀਆਂ ਨਾਲ ਇੱਕ ਕੁੜੀ ਫ੍ਰੀ ਮਿਲਣ ਲੱਗੀ ਹੋਵੇ ਐਡੇ ਐਡੇ ਆਫਰ ਆਪਾਂ ਹੋਰ ਗੱਲਾਂ ਤਾਂ ਆਫਰ ਦੇਖੇ ਸੀ ਨਸ਼ੇ ਦਾ ਵੀ ਆਫਰ ਇਹ ਪਹਿਲੀ ਵਾਰ ਸੁਣ ਨੂੰ ਆ ਕਿੰਨੀਆਂ ਸਰਿੰਜਾਂ ਲੱਗੀਆਂ ਨੌਜਵਾਨ ਕੁੜੀਆਂ ਮਿਲਦੇ ਨੇ ਰੋਜ਼ ਹਾਲਾਤ ਇਹ ਹਾਲਾਤ ਖਰਾਬ ਨੇ ਦੂਜਾ ਜਿਹੜੀ ਆਪਣੇ ਨਾਲ ਬਜੀਆ ਠੱਗੀ ਜੇ ਤੁਸੀਂ ਪੰਜ ਝੰਡੇ ਪੁੱਛਿਆ ਨਾ ਨਸ਼ੇ ਤੇ ਹਰ ਪਿੰਡ ਦੇ ਵਿੱਚ ਕਮੇਟੀਆਂ ਬਣਾ ਕੇ ਪਹਿਰੇਦਾਰੀ ਕਰਨੀ ਜ਼ਰੂਰੀ ਆ ਉਹ ਕਰ ਰਹੇ ਬਹੁਤ ਸਾਰੇ ਲੋਕਾਂ ਨੇ ਬਣਾ ਲਿਆ ਉਹਦੇ ਤੋਂ ਹੋਇਆ ਕੀ ਮਾਲਵੇ ਵਿੱਚ ਖਾਸ ਤੌਰ ਤੇ ਹੋਇਆ ਕੀ ਦੇਖੋ ਫਰੀਦ ਫਰੀਦਕੋਟ ਗੋਲੀ ਮਾਰ ਦਿੱਤੀ ਗਈ ਕਮੇਟੀ ਦੇ ਨੌਜਵਾਨ ਨੂੰ ਉਥੇ ਮਾਨਸੇਓ ਮੁੰਡਾ ਸੀਗਾ ਪਰਮਿੰਦਰ ਝੋਟਾ ਝੋਟਾ ਉਹਦੇ ਦੇ ਪਰਚਾ ਕਰ ਦਿੱਤਾ ਗਿਆ ਡਰਾਉਣ ਦੀ ਕੋਸ਼ਿਸ਼ ਹੈ ਸਰਕਾਰ ਡਰਾਉਣ ਵਾਲੇ ਬਸ ਜਿਹੜੇ ਲੋਕ ਉਹੀ ਤਾਂ ਮੈਂ ਕਹਿ ਰਿਹਾ ਕਿ ਜਿਹੜੇ ਲੋਕ ਨਸ਼ੇ ਦੀ ਗੱਲ ਨੂੰ ਲੈ ਕੇ ਸਾਡੇ ਤੇ ਇਲਜ਼ਾਮ ਲਾ ਕੇ ਆਏ ਤੇ ਅੱਜ 10 ਗੁਣਾ ਵੱਧ ਨਸ਼ਾ 10 ਗੁਣਾ ਵੱਧ ਮੌਕਾ ਮੌਤਾਂ ਹੋ ਰਹੀਆਂ ਨੇ ਤੇ ਅੱਜ ਬੋਲਦੇ ਨਹੀਂ ਦੂਜਾ ਮੁੱਦਾ ਬੇਅਦਬੀ ਦਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੁਈ ਬਹੁ ਮਾੜੀ ਘਟਨਾ ਹੋਈ ਸਰਕਾਰ ਸ਼੍ਰੋਮਣੀ ਕਾਲ ਦੀ ਸਰਕਾਰ ਵੇਲੇ ਹੋਈ ਤਾਂ ਇੱਕ ਗੱਲ ਦਾ ਦੁੱਖ ਹੈ ਕਿ ਮਾੜੀ ਗੱਲ ਹੋਈ ਅੱਜ ਜਿਹੜੀਆਂ 1.5 ਸਾਲ ਦੇ ਵਿੱਚ ਇੰਨੀਆਂ ਘਟਨਾਵਾਂ ਹੋ ਗਈਆਂ ਇਹ ਮਾੜੀਆਂ ਘਟਨਾਵਾਂ ਅੱਜ ਸਰਕਾਰ ਤੱਕ ਤੇ ਟਵੀਟ ਵੀ ਨਹੀਂ ਆਉਂਦਾ ਕਿਤੇ ਖਬਰ ਵੀ ਨਹੀਂ ਆਉਂਦੀ ਚਿੱਟੇ ਪੰਥਕ ਆਪਾਂ ਚੋਲੇ ਦਾ ਸਤਕਾਰ ਕਰਦੇ ਆਂ ਗੋਲ ਪਗ ਬੰਨੀ ਹੋਵੇ ਚੋਲਾ ਪਾਇਆ ਹੋਵੇ ਬਾਬਾ ਜੀ ਸਤਕਾਰ ਕਰੀਦਾ ਉਹ ਕਿੱਧਰ ਨੇ ਦਾਦੂ ਆਲ ਪੰਥਪ੍ਰੀਤ ਉਹ ਇਹ ਕਿੱਧਰ ਨੇ ਇਹ ਗਾਇਬ ਹੀ ਹੋ ਗਏ ਕਿਤੇ ਬਿਆਨ ਹੀ ਨਹੀਂ ਆਉਂਦਾ ਨਹੀਂ ਤਾਂ ਇਹ ਤਾਂ ਸ਼੍ਰੋਮਣੀ ਕਾਲ ਦੀ ਸਰਕਾਰ ਵੇਲੇ ਤਾਂ ਇਹ ਜਦੇ ਤਰ ਨਾਲ ਚੌਂਕ ਘੇਰ ਕੇ ਬਹਿ ਜਾਂਦੇ ਸੀ ਇਹ ਗੱਲ ਮੈਂ ਸਾਫ਼ ਕਹਿੰਦਾ ਕਿ ਨਸ਼ੇ ਵਾਲੇ ਮਾਮਲੇ ਤੇ ਬੇਅਦਬੀ ਵਾਲੇ ਮਾਮਲੇ ਸੌਰੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਕਦੇ ਵੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਨਾ ਉਦੋਂ ਬੇਅਦਬੀਆਂ ਸਰਕਾਰਾਂ ਨੇ ਕਰਾਈਆਂ ਨਾ ਹੁਣ ਕਰਵਾ ਰਹੀਆਂ ਨੇ ਮੈਂ ਕੋਈ ਸਰਕਾਰ ਤੇ ਇਲਜ਼ਾਮ ਨਹੀਂ ਲਾਉਂਦਾ ਪਰ ਸਰਕਾਰ ਤੇ ਇਲਜ਼ਾਮ ਇਹ ਹੈ ਕਿ ਬਿਆਨ ਤੱਕ ਵੀ ਨਹੀਂ ਆਉਂਦਾ ਜਾਂਦੇ ਵੀ ਨਹੀਂ ਆ ਕਨੌਰ ਵੀ ਕਿ ਬੇਅਦਬੀ ਹੋਈ ਗੁਰਦਾਸਪੁਰ ਹੋਈ ਇਹਦੇ ਐਮਐਲਏ ਗੇੜਾ ਮਾਰਨ ਤੱਕ ਵੀ ਨਹੀਂ ਗਏ ਉੱਥੇ ਪਿੰਡ ਦੇ ਵਿੱਚ ਉਹ ਲੋਕ ਜਿਹੜੇ ਰਾਜਨੀਤੀ ਕਰਕੇ ਬੇਅਦਬੀ ਰਾਜਨੀਤੀ ਕਰਕੇ ਆਏ ਨੇ ਕਿ ਇਹਨਾਂ ਨੇ ਕਾਲੀਆਂ ਨੇ ਬੇਅਦਬੀ ਕਰਾਤੀ ਕਾਲੀਆਂ ਨੇ ਬੇਅਦਬੀ ਕਰਾਤੀ ਬੇਅਦਬੀ ਤਾਂ ਯਾਰ ਮਾੜੇ ਅਨਸਰਾਂ ਨੇ ਜਿਨ੍ਹਾਂ ਨੇ ਕੀਤੀ ਸਰਕਾਰ ਨੇ ਬਣਦੀ ਆਪਣੀ ਕਾਰਵਾਈ ਕਰਤੀ ਤੁਸੀਂ ਤਾਂ ਹੁਣ ਇੱਕ ਬਿਆਨ ਤੱਕ ਵੀ ਨਹੀਂ ਦਿੰਦੇ ਹੈਗੇ ਤੇ ਇਹਦੀ ਮਾਰਿਆ ਨੂੰ ਪੈਣੀਓ ਪੈਣੀ ਆ ਬੇਅਦਬੀ ਤੇ ਸਿਆਸਤ ਕੀਤੀ ਜੱਡੇਰਾ ਹਾਂਜੀ ਡੇਰੇ ਤੇ ਬਹੁਤ ਵੱਡੀ ਸਿਆਸਤ ਹਾਂ ਡੇਰੇ ਡੇਰੇ ਦਾ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਕਦੇ ਕੋਈ ਸਮਝੌਤਾ ਨਹੀਂ ਹੋਇਆ ਕਦੇ ਵੀ ਡੇਰੇ ਦੀ ਮਾਫੀ ਨੂੰ ਲੈ ਕੇ ਉਦੋਂ ਸਵਾਲ ਉੱਠਦੇ ਨੇ ਦੇਖੋ ਮਾਫੀ ਜਿਹੜੀ ਹੋਈ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਤੇ ਉਦੋਂ ਦੇ ਉਹਨਾਂ ਦੇ ਜਿਹੜੇ ਜ਼ਥੇਦਾਰ ਨੇ ਉਹਨਾਂ ਨੇ ਕੀਤੀ ਉਹਨਾਂ ਨੇ ਕਿਸ ਸੰਦਰਭ ਵਿੱਚ ਕੀਤੀ ਉਹਦੇ ਬਾਰੇ ਜਾਦੇ ਜਿਹੜੇ ਪੰਥਕ ਆਗੂ ਨੇ ਸ਼ਾਇਦ ਉਹ ਜਾਦੇ ਵਧੇਤਰ ਦੱਸ ਸਕਦੇ ਨੇ ਉਸ ਤੋਂ ਬਾਅਦ ਉਹਨਾਂ ਨੇ ਮਾਫੀ ਵੀ ਮਤਲਬ ਸ਼ਾਇਦ ਵਾਪਸ ਵੀ ਲੈ ਲਈ ਸੀ ਤੇ ਉਹਦੇ ਬਾਰੇ ਅਕਾਲੀ ਦਲ ਦਾ ਕੀ ਰੋਲ ਸੀ ਉਹ ਚ ਕੋਈ ਰੋਲ ਨਹੀਂ ਸੀ ਪਰ ਜਾਣ ਬੁੱਝ ਕੇ ਪੰਜਾਬ ਦੀ ਪੰਜਾਬੀਆਂ ਦੀ ਪੰਥ ਦੀ ਇੱਕੋ ਪਾਰਟੀ ਸੀ ਉਹਨੂੰ ਕਮਜ਼ੋਰ ਕਰਨ ਲਈ ਜਾਣ ਬੁੱਝ ਕੇ ਟਾਰਗੇਟ ਕੀਤਾ ਗਿਆ ਜਾਨ ਬੁਝ ਕੇ ਇਹ ਬੰਦੇ ਜਦੋਂ ਕਿਸੇ ਖਿਲਾਫ ਸਾਜ਼ਿਸ਼ ਹੋ ਰਿਹਾ ਮੰਨ ਲਓ ਤੁਹਾਡੇ ਖਿਲਾਫ ਹੋ ਰਹੀ ਹੈ ਜਾਂ ਤੁਹਾਡੀ ਪਾਰਟੀ ਖਿਲਾਫ ਹੋ ਰਹੀ ਹੈ ਬੰਦੇ ਨੂੰ ਤਾਂ ਪਤਾ ਹੁੰਦਾ ਨਾ ਕਿ ਮੇਰੇ ਖਿਲਾਫ ਆ ਹੋ ਰਿਹਾ ਹੈਗਾ ਬੰਦਾ ਉਹਦੇ ਕੋਰਸ ਨੂੰ ਕਰੈਕਟ ਕਰਦਾ ਜਿਵੇਂ ਮੈਨੂੰ ਲੱਗਦਾ ਤੁਹਾਨੂੰ ਪ੍ਰਧਾਨ ਬਣਾਉਣਾ ਇੱਕ ਕੋਰਸ ਕਰੈਕਸ਼ਨ ਆ ਜਾਂ ਇੱਕ ਰੀਥਿੰਕ ਕਰਨਾ ਪੂਰੀ ਪੋਲਿਟਿਕਸ ਨੂੰ ਤਾਂ ਕੀ ਉਦੋਂ ਇਹ ਨਹੀਂ ਚੱਲ ਪਾਰਟੀਆਂ ਦੇ ਅੰਦਰ ਐ ਚਰਚਾ ਚੱਲਦੀ ਕੀ ਯਾਰ ਜੇ ਸਾਡਾ ਕੋਈ ਚਾਹ ਕੇ ਤੁਹਾਨੂੰ ਪਤਾ ਹੈਗਾ ਕਿ ਕੋਈ ਬੰਦੇ ਨੇ ਜਿਹੜੇ ਤੁਹਾਡਾ ਨੁਕਸਾਨ ਕਰਨਾ ਚਾਹੁੰਦੇ ਜਾਂ ਕੋਈ ਵਿਚਾਰਤਾਰ ਆ ਗਈ ਜਾਂ ਕੋਈ ਏਜੰਸੀਆਂ ਨੇ ਫਿਰ ਵੀ ਤੁਸੀਂ ਵੀ ਉਸੇ ਤਾਰਾ ਚੀ ਬਗਦੇ ਰਹੇ ਉਹ ਤੇ ਜਾਂ ਸੱਤਾ ਹੀ ਇਹੀ ਚੀਜ਼ ਹੁੰਦੀ ਹੈ ਸੱਤਾ ਹੁੰਦੀ ਹੈ ਨਹੀਂ ਪਤਾ ਲੱਗਦਾ ਨਹੀਂ ਬਗਦੇ ਨਹੀਂ ਰਹੇ ਸ਼੍ਰੋਮਣੀ ਕਾਲਦਨ ਨੇ ਮੈਂ ਸਮਝਦਾ ਕਿ ਅਸਲ ਵਿੱਚ ਕੰਮ ਇਹਨੇ ਕੀਤੇ ਨਾ ਉਹ ਬਰਦਾਸ਼ਤ ਨਹੀਂ ਹੋਏ ਉਹ ਰੋਧੀਆਂ ਤੋਂ ਜੇ ਡਿਵੈਲਪਮੈਂਟ ਦੀ ਲੋਕ ਭਲਾਈ ਸਕੀਮਾਂ ਦੀ ਉਹ ਬਾਰ ਬਾਰ ਗਣਾਉਣ ਦਾ ਕੋਈ ਫਾਇਦਾ ਨਹੀਂ ਕੱਲੇ ਬੱਚੇ-ਬੱਚੇ ਨੂੰ ਪਤਾ ਪੰਜਾਬ ਦੇ ਨੂੰ ਕਿ ਜਿਹੜੀ ਚੀਜ਼ ਨੂੰ ਲੋਕ ਭਲਾਈ ਸਕੀਮ ਮੈਂ ਦੋ ਗੱਲਾਂ ਕਹਾਂ ਮੈਂ ਤਾਂ ਪੁੱਛ ਰਿਹਾ ਤੁਹਾਡੇ ਤੋਂ ਦੋ ਗੱਲਾਂ ਮੈਂ ਉੱਥੇ ਆ ਰਿਆਂ ਗੱਲ ਇੱਕ ਜਿਹੜੀ ਜਿਵੇਂ ਤੁਸੀਂ ਪਹਿਲਾਂ ਵੀ ਕਹੀ ਹੈ ਗੱਲ ਇੱਕ ਹੁੰਦੀ ਹੈ ਕੋਈ ਬਾਹਰੋਂ ਆ ਇੱਕ ਅੰਦਰੂਨੀ ਕਾਰਨ ਹੁੰਦੇ ਨੇ ਕਿਸੇ ਵੀ ਗੱਲ ਦੇ ਜੀ ਹੁਣ ਤੁਸੀਂ ਸਾਰੀਆਂ ਗੱਲਾਂ ਤੋੜਾ ਇਹੀ ਝਾੜੀ ਜਾਉਂਗੇ ਕਿ ਨਹੀਂ ਜੀ ਇਹ ਤਾਂ ਬਗਾਨਿਆਂ ਨਹੀਂ ਕਰਤਾ ਸਾਡਾ ਜਿਵੇਂ ਕਹਿੰਦੇ ਨੇ ਕੋਈ ਮੁੰਡਾ ਬਰਾਦੋ ਕਹਿੰਦੀ ਫਲਾਨਿਆਂ ਦੇ ਮੁੰਡੇ ਨੇ ਸਾਡਾ ਮੁੰਡਾ ਖਰਾਬ ਕਰਤਾ ਜਦੋਂ ਕਿ ਮੁੰਡਾ ਆਪ ਹੀ ਖਰਾਬ ਹੁਣ ਅਗਰ ਚਾਹੁੰਦਾਗਾ ਤਾਂ ਹੀ ਹੁੰਦਾ ਨਾ ਤਾਂ ਕਿਤੇ ਅੰਦਰ ਵੀ ਤਾਂ ਕੋਈ ਗੜਬੜਾ ਹੋਣੀ ਗਿਆ ਜਾਂ ਬਿਲਕੁਲ ਹੀ ਨਹੀਂ ਸੀ ਹੁੰਦਾ ਦੇਖੋ ਅੰਦਰ ਕੋਈ ਗੜਬੜ ਨਹੀਂ ਸੀ ਇਦਾਂ ਦੀ ਪਰ ਕੁਝ ਬੰਦੇ ਠੀਕ ਹੈ ਰਲੇ ਹੁੰਦੇ ਨੇ ਹੁਣ ਐਡੀ ਪਾਰਟੀ ਹੈ ਜੇ ਕੁਝ ਬੰਦੇ ਵਿੱਚ ਮੱਥ ਕੇ ਬੈਠੇ ਨੇ ਅੰਦਰ ਕੋਈ ਮੈਲ ਲੈ ਕੇ ਬੈਠੇ ਨੇ ਉਹਨੂੰ ਉਸ ਸਮੇਂ ਨਾਲ ਨਿਕੜਦੇ ਪਤਾ ਲੱਗਦਾ ਕਿ ਇਹਦੇ ਅੰਦਰ ਕੀ ਸੀਗਾ ਤੁਹਾਨੂੰ ਲੱ ਅੰਦਰ ਸ਼ਾਇਦ ਘਟ ਸੀ ਮੈਂ ਸਮਝਦਾ ਕਿ ਜਿਹੜੇ ਪੰਥਕ ਕੁਛ ਸੀਗੇ ਨਾ ਬਨੋਟੀ ਅਖੋਤੀ ਪੰਥਕ ਮੈਂ ਜਿਵੇਂ ਹੁਣ ਤੁਸੀਂ ਕਿਹਾ ਕਿ ਅੰਦਰ ਸੀ ਜਿਹੜੇ ਬਾਅਦ ਚੋਂ ਬਾਹਰ ਨਿਕਲ ਗਏ ਬਾਅਦ ਚ ਪਤਾ ਲੱਗਦਾ ਅਖੋਤੀ ਪੰਥਕ ਉਹ ਕੌਣ ਨੇ ਅਖੋਤੀ ਪੰਥਕ ਜਿਹੜੇ ਮੈਂ ਕਹਿੰਦਾ ਪਹਿਲਾਂ ਗੋਲ ਪਰਨਿਆਂ ਵਾਲੇ ਜਿਹੜੇ ਅਖੋਤੀ ਸੀਗੇ ਜਿਨ੍ਹਾਂ ਨੇ ਜਿਨ੍ਹਾਂ ਦਾ ਅੱਜ ਬਿਆਨ ਕਿਉਂ ਨਹੀਂ ਆਉਂਦਾ ਮੇਰਾ ਸਵਾਲ ਆ ਬਾਰ-ਬਾਰ ਕਿ ਦਾਦੂਵਾਲ ਦੇ ਪੰਥਪ੍ਰੀਤ ਬੋਲਦੇ ਕਿਉਂ ਨਹੀਂ ਅੱਜ ਤੁਹਾਡੀ ਜਵਾਨ ਨੂੰ ਜਿੰਦੇ ਕਿਉਂ ਲੱਗੇ ਬਨੇ 1.5 ਸਾਲ ਤੋਂ ਨਸ਼ਿਆਂ ਦੇ ਨਾਲ ਮਰ ਗਏ ਲੋਕ ਗੁਰੂ ਗ੍ਰੰਥਰਮੰਦਰ ਸਾਹਿਬ ਜਾ ਕੇ ਉਹ ਮੁੰਡਾ ਬੇਅਦਵੀ ਉੱਥੇ ਛਾਲ ਮਾਰ ਕੇ ਅੰਦਰ ਵੜ ਗਿਆ ਤੇ ਕਿੰਨੀਆਂ ਮਤਲਬ 150 ਦੇ ਕਰੀਬ ਬੇਅਦਵੀਆਂ ਹੋ ਗਈਆਂ ਅੱਜ ਤੁਸੀਂ ਧਰਨਾ ਕਿਉਂ ਨਹੀਂ ਲਾਉਂਦੇ ਅੱਜ ਤੁਸੀਂ ਕਿਉਂ ਨਹੀਂ ਬੋਲਦੇ ਕਿਉਂਕਿ ਮਤਲਬ ਉਹਨਾਂ ਦਾ ਉਹ ਭੇਸ ਸੀਗਾ ਉਹ ਕੱਲ੍ਹ ਦੇ ਖਿਲਾਫ ਵਰਤਿਆ ਏਜੰਸੀਆਂ ਨੇ ਵਰਤਿਆ ਸਰਕਾਰਾਂ ਨੇ ਵਰਤਿਆ ਪੰਜਾਬ ਦੀ ਪਾਰਟੀ ਨੂੰ ਪੰਥ ਦੀ ਪਾਰਟੀ ਨੂੰ ਕਮਜ਼ੋਰ ਕਰਨ ਲਈ ਵਰਤਿਆ ਉਹਨਾਂ ਉਹ ਬੰਦਿਆਂ ਨੂੰ ਵਰਤਿਆ ਗਿਆ ਕੋਈ ਕਹਿਣ ਚ ਗਰੇਜ਼ ਨਹੀਂ ਸ਼੍ਰੋਮਣੀ ਕਮੇਟੀ ਹਰਿਆਣੇ ਦੀ ਬਖ ਕਰਾਤੀ ਕਹਿੰਦੇ ਜੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚਿੱਟਾ ਪਿੰਦਾ ਮੀਤ ਪ੍ਰਧਾਨ ਅਫੀਮ ਖੰਦਾ ਉਹ ਦੂਜਾ ਸ਼ਰਾਬ ਪਿੰਦਾ ਇਹ ਮੈਂ ਨਹੀਂ ਕਹਿੰਦਾ ਬਲਜੀਤ ਸਿੰਘ ਦਾਦੂਵਾਲ ਕਹਿੰਦਾ ਨੱਟ ਤੇ ਕੱਟ ਕੇ ਦੇਖ ਲੋ ਕਹਿੰਦਾ ਜੀ ਇਹ ਉਹ ਸਾਰਿਆਂ ਨੂੰ ਮੂਰੇ ਝੰਡਾ ਚੱਕੀ ਫਿਰਦਾ ਸੀ ਕਿ ਕਮੇਟੀ ਵੱਖਰੀ ਬਣਾਓ ਹੁਣ ਤੁਸੀਂ ਕੀ ਭਾਲਦੇ ਹੋ ਇੱਕ ਮੰਤ ਨੂੰ ਉੱਤੇ ਸ਼ਰਮਣੀ ਕਮੇਟੀ ਦਾ ਪ੍ਰਧਾਨ ਲਾਤਿਆ ਕੀ ਭਾਲਦੇ ਆਪਾਂ 올 ਇੰਡੀਆ ਗੁਰਦੁਆਰਾ ਐਕਟ ਦੀ ਮੰਗ ਵੀ ਤਾਂ ਤੁਸੀਂ ਛੱਡੀ ਨਾ ਆਨੰਦਪੁਰ ਦੇ ਮਤੇ ਚ 올 ਇੰਡੀਆ ਗੁਰਦੁਆਰਾ ਐਕਟ ਦੀ ਮੰਗ ਸੀ ਬਾਅਦ ਤੁਸੀਂ ਛੱਡ ਛੱਡ ਕੇ ਤੁਸੀਂ ਲੜਾਈਆਂ ਲੜਨੀਆਂ ਛੱਡ ਨਹੀਂ ਲੜਾਈ ਦੇਖੋ ਜਦੋਂ ਤੁਹਾਡੇ ਤੇ ਪੈ ਗਈ ਫਿਰ ਤੁਸੀਂ ਉਹ ਸ਼ੁਰੂ ਕਰਤੀਆਂ ਜਿਹੜੀ ਲੜਾਈ ਆ ਸ਼ ਸ਼੍ਰੋਮਣੀ ਕਾਲਦਰ ਅੱਜ ਵੀ ਆਪਣੀ ਲੜਾਈ ਲੜ ਰਿਹਾ ਪਰ ਤਾਕਤ ਤਾਂ ਸਾਰਿਆਂ ਇਕੱਠੀਆਂ ਹੋਈਆਂ ਹੋਈਆਂ ਨੇ ਇਹ ਦੇਖਣ ਨੂੰ ਚੈਪਮਾ ਬੀਜੇਪੀ ਆ ਪਮਾ ਕਾਂਗਰਸ ਆ ਪਮਾ ਆਪ ਆ ਦੇਖਣ ਨੂੰ ਵੱਖਰੀਆਂ ਵੱਖਰੀਆਂ ਪਾਰਟੀਆਂ ਨੇ ਪਰ ਪੰਜਾਬ ਦਾ ਦੇ ਖਿਲਾਫ ਏਜੰਡਾ ਸਾਰਿਆਂ ਦਾ ਇੱਕ ਆ ਇਹਨਾਂ ਦਾ ਏਜੰਡਾ ਪੰਜਾਬ ਦੇ ਖਿਲਾਫ ਆ ਕਿਉਂਕਿ ਪੰਜਾਬ ਇਹਨਾਂ ਨੂੰ ਪਤਾ ਕੀ ਇਹਨਾਂ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਲਜਾਲ ਜੂ ਕੇ ਰੱਖੋ ਇਹਨਾਂ ਦੀ ਗੱਲ ਕਰਨ ਵਾਲੀ ਇੱਕੋ ਪਾਰਟੀ ਸ਼੍ਰੋਮਣੀ ਕਾਲਦਰ ਅੱਜ 7 ਸਾਲ ਤੋਂ ਮੈਂ ਕਿਹਨੇ ਲੋਕਾਂ ਨੂੰ ਕਿਉਂ ਨਹੀਂ ਜਿੱਤਿਆ 7 ਸਾਲ ਤੋਂ ਜੱਜ ਜੱਜੂ ਸਾਹਿਬ ਆਪਾਂ ਪੁੱਛੀ ਆ ਲੋਕ ਸਭਾ ਚੋਣਾਂ ਚ ਜੱਜੂ ਗੱਲ ਇਹ ਗੱਲਾਂ ਤੁਸੀਂ ਕਰ ਰਹੇ ਹੋ 100% ਜਿੱਜੂਗੀ ਜਿੱਜੂਗੀ ਮੈਂ 13 ਚ ਕਿੰਨੀਆਂ ਸੀਟਾਂ ਮੈਂ 26 ਪ੍ਰੋਗਰਾਮ ਕਰਕੇ ਆਇਆ 13 ਚ ਕਿੰਨੀਆਂ ਸੀਟਾਂ ਮੈਨੂੰ ਲੱਗਦਾ ਵੀ ਕਟੋ-ਕਟ 7-8 ਸੀਟਾਂ ਕਟੋ-ਕਟ ਕੱਲਾ ਸ਼ੋਮਣੀ ਗੱਲ ਨਾਲ ਆਪਣੇ ਬਲਬੁੱਤੇ ਤੇ 100% ਲੈ ਕੇ ਜਾਏਗਾ ਕਟੋ-ਕਟ ਪੋਲੀਟੀਕਲ ਸਟੇਟਮੈਂਟ ਤਾਂ ਇਹ ਦੇ ਰਹੇ ਲੀਡਰਾਂ ਨੂੰ ਲੀਡਰਾਂ ਦੀ ਆਤ ਹੁੰਦੀ ਹੈ ਨਾ ਵੀ ਸਟੇਟਮੈਂਟ ਮੈਂ ਮੈਂ ਸਟੇਟਮੈਂਟ ਨਹੀਂ ਦੇ ਰਿਹਾ ਗਰਾਊਂ ਮੈਂ ਨਵਜ ਦੇਖ ਕੇ ਆਇਆ 26 ਪੰਜਾਬ ਯੂਥ ਮਿਲਣੀ ਦੇ ਸਮਾਗਮ ਕਿਤੇ ਨੇ ਮੈਂ ਯੂਥ ਦੀ ਨਵਜ ਦੇਖ ਕੇ ਆਇਆ 26 ਪ੍ਰੋਗਰਾਮਾਂ ਦੇ ਵਿੱਚ ਕਿ ਯੂਥ ਦੀ ਨਵਜ ਕੀ ਕਹਿ ਰਹੀ ਆ ਯੂਥ ਦੀ ਨਵਜ ਦਾ ਜਦੋਂ ਫੜੀ ਦੀਆ ਕਰੰਟ ਮਾਰਦੀ ਆ ਪੂਰਾ ਕਿ ਭਾਈ ਚੱਕ ਦੋ ਹੁਣ ਕੋਈ ਸਮੱਸਿਆ ਨਹੀਂ ਆ ਨਿਤਨ ਵੀਡੀਓ ਪੈ ਰਹੀਆਂ ਨੇ ਨਾ ਕਿ ਅਸੀਂ ਮਾਫੀ ਮੰਗਦੇ ਹਾਂ ਅਸੀਂ ਵੋਟਾਂ ਪਾਈਆਂ ਤੇ ਪੁਆਈਆਂ ਝਾੜੂ ਨੂੰ ਕਿਉਂਕਿ ਪਤਾ ਕਿ ਪੰਥ ਨੂੰ ਅਗਲੇ ਲਈ ਬੈਠੇ ਨੇ ਇੱਕਲ ਦੱਸੋ ਜਿਹੜਾ ਮੁੱਖ ਮੰਤਰੀ ਨਾਮ ਦੇ ਨਾਲ ਸਿੰਘ ਨਹੀਂ ਲਾਉਂਦਾ ਗੁਰੂ ਸਾਹਿਬ ਨੇ ਪੰਜ ਕਕਾਰ ਕਰਤਾ ਸ਼ੁਰੂ ਕਰਤਾ ਹੁਣ ਦੁਬਾਰਾ 13 ਅਗਸਤ ਤੋਂ ਬਾਅਦ ਹੁਣ ਆਫੀਸ਼ੀਅਲ ਸ਼ੁਰੂ ਹੋ ਗਿਆ ਲਾਈ ਜਾਵੇ ਭਗਵੰਤ ਸਿੰਘ ਮਾਨ ਲਿਖਾ ਲਾਈ ਜਾਵੇ ਪਹਿਲਾਂ ਭਗਵੰਤ ਮਾਨ ਹੀ ਲਿਖਦੇ ਸੀ ਇਹ ਉਹ ਖੋਤੀ ਆ ਹੁਣ ਸਾਰਾ ਸਿਸਟਮ ਇਹ ਕਹਿੰਦਾ ਨਾਮ ਦੇ ਨਾਲ ਸਿੰਘ ਨਹੀਂ ਲਾਉਂਦਾ ਤੇ ਆਪ ਦਾੜੀ ਕੱਟੀ ਹੋਈ ਆ ਕੇਸ ਕੱਟੇ ਹੋਏ ਨੇ ਤੇ ਗੁਰੂ ਸਾਹਿਬ ਨੇ ਪੰਜ ਕਕਾਰ ਬਖਸ਼ੇ ਨੇ ਕਛਹਿਰਾ ਕਿਰਪਾਨ ਕੰਗਾ ਕੜਾ ਤੇ ਕੇਸ ਇਹ ਇਹ ਗੁਰੂ ਸਾਹਿਬ ਨੇ ਬਖਸ਼ੇ ਨੇ ਨਾ ਇਹ ਇਹ ਦਾੜਾ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈਗਾ ਇਹ ਦਾੜਾ ਪੰਥ ਦਾ ਗੁਰੂ ਸਾਹਿਬ ਨੇ ਬਖਸ਼ਿਆ ਹੋਇਆ ਤੇ ਜਿਹੜਾ ਮੁੱਖ ਮੰਤਰੀ ਆ ਦਾੜੀ ਤੱਕ ਆ ਗਿਆ ਉਹ ਉਹ ਤੋਂ ਕੀ ਭੜਦਾ ਇੱਥੇ ਪੰਥ ਜਿਹਨੇ ਗੁਰੂ ਸਾਹਿਬ ਦੇ ਬਖਸ਼ੇ ਹੋਏ ਪੰਜ ਕਕਾਰਾਂ 'ਚ ਇੱਕ ਕਕਾਰ ਤੱਕ ਨਹੀਂ ਬਖਸ਼ਿਆ ਉਹਦੇ ਤੇ ਆ ਕੇ ਟਿੱਪਣੀ ਕਰ ਗਿਆ ਇਹਨੂੰ ਮਾਰ ਬਹੁ ਪੈਣੀ ਆ ਇਹ ਮੈਂ ਪਰਸਨਲੀ ਕਹਿ ਰਿਹਾ ਬਿਲਕੁਲ ਕੋਈ ਪੋਲੀਟੀਕਲ ਗੱਲ ਨਹੀਂ ਵੀ ਇਹ ਮੰਨੂ ਪਰਸਨਲ ਜੇ ਲੱਗਦਾ ਕਿ ਇਹ ਇਹਨੇ ਬਹੁਤ ਵੱਡੀ ਗਲਤੀ ਕੀਤੀ ਆ ਜਿਹੜੀ ਗੁਰੂ ਸਾਹਿਬ ਦੇ ਬਖਸ਼ੇ ਹੋਏ ਪੰਜ ਕਕਾਰਾਂ 'ਚ ਇੱਕ ਕਕਾਰ ਤੇ ਆ ਕੇ ਮਜ਼ਾਕ ਦਾ ਇਹਨੇ ਦਾਇਆ ਕਿ ਦਾੜੀ ਉੱਤੇ ਵਿਧਾਨ ਸਭਾ 'ਚ ਕੁਝ ਦੇਖਿਆ ਸਾਰਾ ਇਹਦੀ ਮਾਰ ਪੈਣੀ ਆ ਕਿਉਂਕਿ ਇਹ ਦਾੜੀ ਕਿਸੇ ਵਿਅਕਤੀ ਵਸ਼ੇਸ਼ ਨਹੀਂ ਇਹ ਦਾੜੀ ਪੰਜ ਕਕਾਰਾਂ ਜੋ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬ ਨੇ ਬਖਸ਼ੇ ਹੋਏ ਪੰਜ ਕਕਾਰਾਂ ਦੇ ਵਿੱਚੋਂ ਆਉਂਦੀ ਹੈ ਕੇਸ ਨੇ ਜਿਹੜੇ ਤੇ ਐਨਐਸਏ ਲਾ ਕੇ ਨੌਜਵਾਨ ਉੱਥੇ ਉਹ ਮਾਰੇ ਡੇਬੁਰੂਰ ਜ਼ਿਲ੍ਹੇ ਦੇ ਵਿੱਚੋਂ ਮਾਰੇ ਤੇ ਅੱਜ ਕਿਵੇਂ ਕਿਸਾਨ ਕੁੱਟੇ ਜਾ ਰਹੇ ਨੇ ਉੱਥੇ ਉਹ ਸੰਗਰੂਰ ਵਿਖੇ ਡਾਂਗਾ ਮਾਰ ਕੇ ਮਾਰਤੀਆਂ ਉਹ ਲੋਕ ਜਿਹੜੇ ਕਹਿੰਦੇ ਸੀ ਧਰਨੇ ਮੈਨ ਲਾਉਣ ਨੂੰ ਦਊਂਗਾ ਜਿਹੜੇ ਲੋਕ ਤੁਹਾਡੀ ਪਾਰਟੀ ਵੀ ਤਾਂ ਅਮਰਤਪਾਲ ਦੇ ਖਿਲਾਫ ਹੀ ਰਹੀਏਗੀ ਵੈਸੇ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਅਮਰਤਪਾਲ ਦੇ ਖਿਲਾਫ ਨਹੀਂ ਰਿਹਾ ਨਹੀਂ ਤੁਹਾਡੇ ਲੀਡਰ ਦੀ ਸਟੇਟਮੈਂਟ ਹੈ ਲੀਡਰ ਦੀ ਸਟੇਟਮੈਂਟ ਸਿਰਫ ਇੰਨੀ ਸੀ ਕਿ ਜਿਹ ਜਿਲ੍ਹਾ ਜਨਾਲੇ ਕਾਂਡ ਹੋਇਆ 19 ਬਣਦੀ ਕਾਰਵਾਈ ਕਰ ਦੋ ਕਿਉਂਕਿ ਉਹ ਚਲੋ ਥਾਣੇ ਤੇ ਆਪਾਂ ਸਾਰੇ ਸਾਹਮਣੇ ਇੱਕ ਥਾਣੇ ਤੋਂ ਘਟਨਾ ਨਹੀਂ ਹੋਣੀ ਚਾਹੀਦੀ ਸੀ ਅਗਰਕਰ ਨੂੰ ਰਹਿਣਾ ਤਾਂ ਪੈ ਇੱਥੇ ਆ ਨਾ ਸਾਰੇ ਤੁਹਾਡੇ ਕਈ ਲੀਡਰਾਂ ਨੇ ਕਹੀਏ ਇਹ ਗੱਲ ਕਿ ਅਮਰਤਪਾਲ ਚੜਿਆ ਤੁਰਿਆ ਆਉਂਦਾ ਕਿੱਥੇ ਨੇ ਆਪ ਵਾਲੇ ਕਿੱਥੇ ਗਈ ਸਰਕਾਰ ਦੇਖੋ ਸ਼੍ਰੋਮਣੀ ਕੱਲ ਜਿਹੜੇ ਲੀਡਰਾਂ ਨੇ ਸਟੇਟਮੈਂਟ ਦਿੱਤੀਆਂ ਨੇ ਉਹ ਦਿੱਤੀਆਂ ਸਿਰਫ ਜਨਾਲੇ ਘਟਨਾ ਲੈ ਕੇ ਜਿਹੜੀ ਥਾਣੇ ਦੇ ਘਟਨਾ ਹੋਈ ਹੈ ਜਿਹੜਾ ਉਹ ਅਮਰਤਪਾਲ ਨੇ ਅਮਰਤ ਸ਼ਿਕਾਇਆ ਨਸ਼ਿਆਂ ਦੇ ਖਿਲਾਫ ਆਵਾਜ਼ ਚੱਕਦਾ ਸੀ ਉਹਦੇ ਖਿਲਾਫ ਕੋਈ ਵੀ ਲੀਡਰ ਕਦੇ ਨਹੀਂ ਬੋ ਜਿਹੜਾ ਬੰਦਾ ਚੰਗਾ ਜਿਹੜਾ ਕੰਮ ਚੰਗਾ ਕਰ ਰਿਹਾ ਉਹ ਤਾਂ ਚੰਗਾ ਕਹਿਣਾ ਹੀ ਪਊਗਾ ਨਾ ਕਿ ਜਾਂ ਅੰਮ੍ਰਿਤ ਛਕਾਉਣਾ ਨਸ਼ੇ ਛੱਡਣ ਲਈ ਕਹਿਣਾ ਇਹ ਤਾਂ ਚੰਗਾ ਹੀ ਕੰਮ ਹੈ ਉਹ ਸਿਰਫ ਉਹ ਉਸ ਘਟਨਾ ਦੀ ਗੱਲ ਸੀ ਜਿਹੜੀ ਅਜਨਾਲੇ ਹੋਈ ਆ ਜਿਹੜੀ ਅਜਨਾਲੇ ਘਟਨਾ ਹੋਈ ਆ ਕਿ ਥਾਣੇ ਤੇ ਹਮਲਾ ਹੋ ਗਿਆ ਉੱਥੇ ਸਾਰਾ ਅੱਛਾ ਤੂੰ ਉਹਨੇ ਅੱਛਾ ਸਰਕਾਰ ਉਹਨੇ ਇੱਕ ਬਣਦੀ ਕਾਰਵਾਈ ਕਰਕੇ ਛੱਡ ਸਕਦੀ ਸੀ ਉਹ ਹੋਰ ਜਿਹੜੇ 10 ਬੰਦੇ 500 ਬੰਦਾ ਚੱਕ ਲਿਆ ਪੰਜਾਬ ਦੇ ਵਿੱਚੋਂ ਉਹ ਕੀ ਸੀ ਅਸਲ 'ਚ ਮੈਨੂੰ ਲੱਗਦਾ ਇਹਦੇ ਪਿੱਛੇ ਸਰਕਾਰ ਵੀ ਮਾਹੌਲ ਪੈਦਾ ਕਰ ਰਹੀ ਸੀ ਇੱਕ ਕਿ ਜਾਣ ਬੁੱਝ ਕੇ ਇਦਾਂ ਦਾ ਮਾਹੌਲ ਬਣੇ ਪੰਜਾਬ ਦੇ ਨੌਜਵਾਨਾਂ ਨੂੰ ਪੂਰੀ ਦੁਨੀਆ ਵਿੱਚ ਭੰਡਾਜਾਸ ਕੋਈ ਗੱਤਵਾਦੀ ਜੀ ਆਤਮਾ ਕਿਹੜਾ ਆਤਮਾਦੀ ਸੀ ਐਦਾਂ ਦੀ ਗੱਲ ਤਾਂ ਕਿਸੇ ਨੇ ਵੀ ਨਹੀਂ ਕੀਤੀ ਅੱਛਾ ਤੁਸੀਂ ਵੀ ਯੂਥ ਦੇ ਹੁਣ ਪ੍ਰਧਾਨ ਹੋਗੇ ਤੁਸੀਂ ਕੋਈ ਇਸ ਤਰ੍ਹਾਂ ਦੀ ਜਿਹੜੀ ਧਾਰਮਿਕ ਕੈਂਪੇਨ ਤੁਸੀਂ ਕੇਸਰੀ ਪੱਗਾਂ ਹੀ ਤਾਂ ਕਹਿ ਰਹੇ ਹੋ ਮੇਰਾ ਲਾਸਟ ਸਵਾਲ ਹੈ ਇਹ ਤੁਹਾਨੂੰ ਮੈਂ ਲਾਸਟ ਸਵਾਲ ਚ ਦੋਨੇ ਗੱਲਾਂ ਪੁੱਛ ਲੈਣਾ ਤੁਹਾਨੂੰ ਇੱਕ ਇਹ ਕਿ ਕੋਈ ਤੁਸੀਂ ਧਾਰਮਿਕ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹੋਗੇ ਜਿਵੇਂ ਅਮਰਤ ਦੀ ਕੋਈ ਸੰਚਾਰ ਦੀਆਂ ਮਹਿਮਾ ਬਹੁਤ ਸਾਰੀਆਂ ਸੰਪਰਦਾਵਾਂ ਚਲਾਉਂਦੀਆਂ ਨੇ ਨੰਬਰ 2 ਜੇ ਤੁਸੀਂ ਰਵਾਈਵਲ ਦੀ ਗੱਲ ਕਹੀ ਸੀ ਉਹ ਤੁਸੀਂ ਦੱਸਿਆ ਨਹੀਂਗਾ ਵੀ ਹੋਊਗਾ ਕਿਵੇਂ ਤੁਹਾਡੇ ਕੋਲੇ ਮਤਲਬ ਕਿਹੜੀ ਇਹ ਜੀ ਤੁਹਾਡੇ ਕੋਲੇ ਹੁੰਡੀ ਹੈਗੀ ਕਿਹੜੀ ਗਿੱਦੜ ਸਿੰਘੀ ਹੈਗੀ ਜਿਹਦੇ ਨਾਲ ਅਕਾਲੀ ਦਲ ਦਾ ਰਵਾਈਵਲ ਗਿੱਦੜ ਸਿੰਘੀ ਇਹ ਹੀ ਹੈ ਜਦੋਂ ਤੁਸੀਂ ਪੰਜਾਬ ਦੇ ਯੂਥ ਕੋਲ ਜਾਓਗੇ ਨਾ ਆਪਣੀ ਗੱਲ ਦੱਸੋਗੇ ਸਭ ਤੋਂ ਵੱਡੀ ਗੱਲ ਇਹ ਨੌਜਵਾਨਾਂ ਨੂੰ ਇਹ ਗੱਲ ਦਾ ਜਾਗ ਲਾਉਣਾ ਤੇ ਨੌਜਵਾਨਾਂ ਨੂੰ ਇਹ ਸਪਸ਼ਟਤਾ ਲਿਆਉਣੀ ਬਹੁਤ ਜ਼ਰੂਰੀ ਹੈ ਆਪਣਾ ਕੌਣ ਹੈ ਤੇ ਬਗਾਨਾ ਕੌਣ ਹੈ ਮੇਰਾ ਸਪਸ਼ਟ ਇਹ ਗੱਲ ਮੈਂ ਜਾ ਕੇ ਬੋਲਦਾ ਨੌਜਵਾਨਾਂ ਨਾਲ ਗੱਲ ਕਰਦਾ ਕਿ ਆਪ ਨੂੰ ਦਿੱਲੀ ਝੰਡਾ ਚਾਹੀਦਾ ਕਿ ਪੰਜਾਬ ਝੰਡਾ ਚਾਹੀਦਾ ਜਦੋਂ ਪੰਜਾਬ ਝੰਡੇ ਦੀ ਗੱਲ ਚੱਲੇਗੀ ਤਾਂ ਸ਼੍ਰੋਮਣੀ ਕਾਲ ਜਲਦੀ ਹੀ ਗੱਲ ਚੱਲੇਗੀ ਤੇ ਪੰਜਾਬ ਝੰਡੇ ਤੇ ਪੰਥ ਦੇ ਝੰਡੇ ਤੇ ਸਿਰਫ ਸ਼੍ਰੋਮਣੀ ਕਾਲ ਦੇ ਲਈ ਕੰਮ ਕਰ ਸਕਦਾ ਬਾਕੀ ਸਾਰੇ ਵਰਤ ਕੇ ਦੇਖ ਲਈ ਕਾਂਗਰਸ ਵੀ ਦੇਖ ਲਈ ਤੇ ਆ ਜਿਹੜੇ ਨਵੇਂ ਸੀ ਬਦਲਾਅ ਵਾਲੇ ਇਹ ਦੇਖ ਲਈ ਕਿ ਇਹਨਾਂ ਨੇ ਹਾਲਾਤ ਕੀ ਕੀਤਾ ਹਰੇ ਹਰ ਗੱਲ ਗੁਰਬਾਨੀ ਤੇ ਇਹਾਂ ਦੀ ਕਿੰਤੂ ਪਰੰਤੂ ਆ ਸ਼੍ਰੋਮਣੀ ਕਮੇਟੀ ਭਗਵਾਨਤਮਾਨ ਆਪਣੀ ਸਰਕਾਰ ਦੀਆਂ ਘੱਟ ਗੱਲਾਂ ਕਰਦਾ ਸਿੱਖਾਂ ਦੀ ਸਰਮੌਰ ਸੰਤਾ ਸ਼੍ਰੋਮਣੀ ਕਮੇਟੀ ਤੇ ਵੱਧ ਗੱਲਾਂ ਕਰਦਾ ਇਹ ਨੌਜਵਾਨ ਵੀ ਸਮਝ ਚੁੱਕੇ ਨੇ ਹੁਣ ਲੋੜ ਹੁੰਦੀ ਆ ਉਹਨਾਂ ਨੂੰ ਇਹ ਗੱਲ ਜਾ ਕੇ ਸਮਝਾ ਕੇ ਉਹਨਾਂ ਨੂੰ ਤੁਹਾਨੂੰ ਅੱਗੇ ਲਾ ਕੇ ਉਹਨਾਂ ਨੇ ਇੱਕ ਵਾਰ ਕਿਹਾ ਪੈਂਦਾ ਕਿ ਆਓ ਅਸੀਂ ਅੱਗੇ ਲਾ ਕੇ ਲੜਨ ਲਈ ਅੜਨ ਲਈ ਮਰਨ ਲਈ ਤਿਆਰ ਹਾਂ ਤੁਸੀਂ ਨਾਲ ਆਓ ਇਹ ਲੋੜ ਸਮੇਂ ਦੀ ਤੇ ਮੈਂ ਦੂਜਾ ਪੁੱਛ ਰਿਹਾ ਧਾਰਮਿਕ ਕੈਂਪੇਨ ਕੀ ਸ਼ੁਰੂ ਕਰੋਗੇ ਤੁਸੀਂ ਕੋਈ ਫਿਰ ਹਾਲ ਜਿਹੜੀ ਅਸੀਂ ਕੈਂਪੇਨ ਸਖਤ ਕਾਲੀ ਦਲ ਵੱਲੋਂ ਜਿਹੜੀ ਜਿਹੜੀ ਧਾਰਮਿਕ ਕੈਂਪੇਨ ਹੈ ਵੀ ਅਮਰ ਸ਼ਕੋਤ ਸਿੰਘ ਸਜੋ ਸ਼੍ਰੋਮਣੀ ਗੁਰਦਰਾਇਆਂ ਕੁੰਦ ਕਮੇਟੀ ਨੇ ਬਹੁਤ ਵੱਡੇ ਪੱਧਰ 'ਤੇ ਰੰਭੀ ਹੋਈ ਹੈ ਸ਼੍ਰੋਮਣੀ ਕਾਲ ਦਲ ਵੱਲੋਂ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਨੌਜਵਾਨ ਕੇਸ ਕੱਟਦੇ ਨੇ ਕੇਸ ਰੱਖਣੇ ਚਾਹੀਦੇ ਨੇ ਦਸਤਾਰਾ ਸਜਾਉਣੇ ਚਾਹੀਦੇ ਨੇ ਜਿਹੜ ਇਨਗ ਲਗੀ ਮੈਂ ਵੀ ਦਾੜੀ ਹਾਲਾ ਕਿ ਮੇਰਾ ਪੂਰਾ ਪਰਿਵਾਰ ਅਮਰ ਛਕਿਆ ਹੋਇਆ ਮੇਰੀ ਵਾਈਫ ਨੇ ਅਮਰ ਛਕਿਆ ਹੋਇਆ ਮੇਰੇ ਫਾਦਰ ਸਾਹਿਬ ਨੇ ਮਦਨੇ ਸਾਰੇ ਨਿਤ ਦਿਨ ਨਿਤ ਮਹੀਨੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੇ ਮੇਰੇ ਤੇ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਚਲੋ ਮੈਂ 2 ਸਾਲ ਤੋਂ ਦਾੜੀ ਆਪਣੀ ਰੱਖ ਲਈ ਪਹਿਲਾਂ ਮੈਂ ਦਾੜੀ ਕੱਟਦਾ ਸੀ ਤੇ ਦਾੜੀ ਰੱਖ ਲਈ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਇਹ ਮੈਂ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਕਿ ਮੇਰੇ ਕਿਹਾਂ ਨਹੀਂ ਰੱਖੀ ਜਾਣੀ ਤੇ ਤੁਹਾਡੇ ਸੋਚਾਂ ਰੱਖੀ ਜਾਣੀ ਬੇਨਤੀ ਆਪਾਂ ਨੇ ਬਾਰ ਬਾਰ ਗੁਰੂ ਸਾਹਿਬ ਅੱਗੇ ਜਾ ਕੇ ਕਰਨੀ ਹੈ ਤੇ ਮੈਂ ਵੀ ਆ ਹਰ ਰੋਜ਼ ਜਾ ਕੇ ਗੁਰੂ ਸਾਹਿਬ ਅੱਗੇ ਬੇਨਤੀ ਕਰਦਾ ਕਿ ਕਿਰ ਕਿ ਅਸੀਂ ਤੇਰੇ ਚੱਲੇ ਹੋਏ ਨਕਸ਼ੇ ਕਦਮਾਂ ਤੇ ਤੇਰੀ ਦਿੱਤੀ ਹੋਈ ਦਾਤ ਤੇ ਚੱਲ ਸਕੀਏ ਤੇ ਕਿਰਪਾ ਗੁਰੂ ਸਾਹਿਬ ਨੇ ਕਰਨੀ ਆ ਬੇਨਤੀ ਉੱਥੇ ਕਰਨੇ ਪੈਣੀ ਐ ਨੱਕ ਉੱਥੇ ਰਗੜਨਾ ਪੈਣਾ ਤੇ ਜਦੋਂ ਆਪਾਂ ਜਾਵਾਂਗੇ ਗੁਰੂ ਸਾਹਿਬ ਅੱਗੇ ਤਾਂ ਗੁਰੂ ਸਾਹਿਬ ਕਿਰਪਾ ਕਰਦੇ ਨੇ ਗੁਰੂ ਸਾਹਿਬ ਤੇ ਕਰ ਵੀ ਰਹੇ ਨੇ ਬਹੁਤ ਨੌਜਵਾਨ ਜਿਹੜੇ ਸਾਡੀ ਕੰਪੇਨ ਚੱਲ ਰਹੀ ਹੈ ਪੰਜਾਬ ਜਿੱਥੇ ਮਿਲਣੀ ਤੇ ਮੈਨੂੰ ਖੁਸ਼ੀ ਆ ਤੇ ਮੈਂ ਧੰਨਵਾਦ ਕਰਦਾ ਉਸ ਅਕਾਲ ਪੁਰਖ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਕਿਰਪਾ ਕੀਤੀ ਕਿ ਬਹੁਤ ਨੌਜਵਾਨ ਆ ਪਾਉਂਦੇ ਨੇ ਸਮਾਗਮ ਦੇ ਵਿੱਚ ਕਿ ਭਾਈ ਜੀ ਦਸਤਾਰ ਸਜਾਓ ਤੇ ਮੈਂ ਕੋਸ਼ਿਸ਼ ਕਰੂੰਗਾ ਇਸ ਤੋਂ ਬਾਅਦ ਦਸਤਾਰ ਸਜਾਉਂਦਾ ਨਹੀਂ ਹਾਲਾਂਕਿ ਮੈਂ ਉਹਨਾਂ ਨੂੰ ਫੋਰਸ ਨਹੀਂ ਕਰਦਾ ਕਿ ਤੂੰ ਦਸਤਾਰ ਬੰਨ ਲਈ ਅੱਜ ਤੋਂ ਬਾਅਦ ਲਾਉਣੀ ਹੋਣੀ ਹੈ ਮੈਨੂੰ ਇਹ ਵੀ ਇੱਕ ਵਾਰ ਜਾਗਤਾ ਲਾਈਏ ਇੱਕ ਵਾਰ ਬੰਨ ਕੇ ਜਾਏਗਾ ਫਿਰ ਕਦੇ ਪ੍ਰੋਗਰਾਮ ਅੱਜ ਬੰਨੇਗਾ ਦੋ ਵਾਰ ਬੰਨੇਗਾ ਚਾਰ ਵਾਰ ਬੰਨੇਗਾ ਬੰਨ ਕੇ ਘਰੇ ਜਾਏਗਾ ਪਰਿਵਾਰ ਕਹੂ ਆਂਢੀ ਗੋਂਢੀ ਕਹਿਣਗੇ ਬੜਾ ਸੋਹਣਾ ਲੱਗਦਾ ਯਾਰ ਪੱਕ ਦੇ ਵਿੱਚ ਬੰਦੇ ਸ਼ੌਂਕ ਜਾਗਦਾ ਵੀ ਬੜਾ ਸੋਹਣਾ ਲੱਗਦਾ ਬੜਾ ਸੋਹਣਾ ਲੱਗਦਾ ਵੀ ਜੱਜ ਕੀ ਯਾਰ ਗੱਲ ਫਿਰ ਸਰਦਾਰੀ ਦੀ ਜਦੋਂ ਗੱਲ ਚੱਲੇਗੀ ਫਿਰ ਬੰਦੇ ਦੇ ਅੰਦਰ ਹੁੰਦਾ ਵੀ ਹੌਲੀ ਹੌਲੀ ਬੰਦਾ ਪੱਕੀ ਬ ਧੰਨਵਾਦ ਭਾਈ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਵੈਕਰ ਜਿੱਕਾ ਖਾਲਸਾ ਜੀ ਤਾਂ ਇਹਨਾਂ ਸਰਬਜੀਤ ਸਿੰਘ ਚੰਜਰ ਜਿਹੜੇ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਜਿਨ੍ਹਾਂ ਦਾ ਇਹ ਦਾਵਾ ਕਿ ਪੰਜਾਬ ਚ ਅਗਲੀਆਂ ਲੋਕ ਸਭਾ ਚੋਣਾਂ ਚ 13 ਚੋਂ 7-8 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਆਉਣਗੀਆਂ ਉਹ ਕਹਿ ਰਹੇ ਆ ਅਕਾਲੀ ਦਲ ਦਾ ਰਿਵਾਈਵਲ ਹੋ ਚੁੱਕਿਆ ਹੈ ਔਰ ਉਹਨਾਂ ਦਾ ਦਾਵਾ ਕਿ ਲੋਕ ਸਾਡੇ ਨਾਲ ਜੁੜ ਰਹੇ ਨੇ